Evet. Vahguru Saheb diyor, ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਪਿਆਰਿਓ, ਅੱਜ ਅਸੀਂ ਸੰਕੇਤਕ ਸ਼ਬਦਾਵਲੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਹੀ ਅੱਖਰ ਜਿਹੇ ਸ਼ਬਦ ਤੋਂ ਜਿਹੜੇ ਅੱਖਰ ਸ਼ਬਦ ਬਣਦੇ ਹਨ, ਇਹ ਅੱਖਰ ਤੋਂ ਉਹਦੀ ਵਿਚਾਰ ਅਸੀਂ ਕਰਾਂਗੇ। ਪਿਛਲੇ ਹਫਤੇ ਮਮਾ ਅੱਖਰ ਦੀ ਜਿੰਨੀ ਵਿਚਾਰ ਸੀ ਅਸੀਂ ਸਮਾਪਤੀ ਕੀਤੀ ਹੈ, ਤੋਂ ਅੱਜ ਜ਼ਜ਼ੁਰ ਸ਼ਬਦ ਤੋਂ ਵਿਚਾਰ ਆਰੰਭ ਕਰਦੇ ਹਾਂ। ਹਿੰਦੂਇਜ਼ਮ ਵਿੱਚ ਸਭ ਤੋਂ ਪੁਰਾਣੇ ਧਰਮ ਗ੍ਰੰਥ ਚਾਰ ਵੇਦ ਮੰਨੇ ਜਾਂਦੇ ਹਨ, ਰਿਗ, ਸਾਮ, ਜ਼ਜ਼ੁਰ ਤੇ ਅਥਰਵ। ਇਹ ਤਿੰਨ ਪਹਿਲੇ ਜਿਹੜੇ ਰਿਗ, ਸਾਮ ਤੇ ਜ਼ਜ਼ੁਰ, ਇਹ ਪਹਿਲਾਂ ਤਿੰਨ ਹੀ ਵੇਦ ਹੁੰਦੇ ਸਨ। ਅਥਰਵ ਵੇਦ ਬਾਅਦ ਵਿੱਚ ਸ਼ਾਮਿਲ ਕੀਤਾ ਗਿਆ। ਇਹ ਪ੍ਰਾਚੀਨ ਰਿਸ਼ੀਆਂ ਦੀਆਂ ਰਚਨਾਵਾਂ ਹਨ, ਜਿਹੜੇ ਵੇਦ ਹਨ, ਜਿਨ੍ਹਾਂ ਨੂੰ ਸੁਣ ਸੁਣ ਕੇ ਇਹ ਕਹਿ ਲਈਏ ਕਿਸੀਨਾ ਬਸੀਨਾ ਹੀ ਇਹ ਯਾਦ ਜਾਂ ਕੰਠ ਕੀਤੇ ਗਏ, ਇਸ ਕਰਕੇ ਇਹਨਾਂ ਨੂੰ ਸ਼ਰੂਤ ਵੀ ਕਿਹਾ ਗਿਆ ਹੈ। ਪਿੱਛੋਂ ਉਸ ਤੋਂ ਬਾਅਦ ਵੇਦ ਵਿਆਸ ਨੇ ਸਾਰੀ ਰਚਨਾਵਲੀ ਨੂੰ ਚਾਰ ਭਾਗਾਂ ਦੇ ਵਿੱਚ ਕੰਪੋਜ਼ ਕੀਤਾ, ਸੰਪਾਦਿਤ ਕੀਤਾ। ਰਿਗਵੇਦ ਦੇ 10 ਮੰਡਲ ਤੇ 10-28 ਅੱਗੇ ਅੰਕ ਸ਼ੂਕਤ ਹਨ। ਇਹ ਮੰਤਰ ਜ਼ਿਆਦਾ ਤੌਰ ਤੇ ਅਗਨੀ ਦਾ, ਇੰਦਰ ਦਾ, ਵਰੁਣ ਦੇਵਤਿਆਂ ਦੀ ਉਸਤਤੀ ਦੇ ਵਿੱਚ ਇਹ ਲਿਖਿਆ ਗਿਆ ਹੈ। ਅੱਗੇ ਸਾਮਦੇਵ ਇਹਨਾਂ ਵਿੱਚ ਮੰਤਰਾਂ ਨੂੰ ਹੀ ਇਹਨਾਂ ਮੰਤਰਾਂ ਨੂੰ ਗਾਉਣ ਦੇ ਨਾਲ, ਜਿਨ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਹੈ, ਸਾਇੰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹਦੇ 'ਚ 99 ਨਵੀਆਂ ਹੋਰ ਰਚਨਾਵਾਂ ਹਨ ਤੇ ਕੁੱਲ ਦੇ 1875 ਮੰਤਰ ਹਨ ਇਸ ਵੇਦ ਦੇ, ਤੇ 1875 ਮੰਤਰ ਹਨ। ਯਜ਼ੁਰਵੇਦ ਜਿਹਦੀ ਗੱਲ ਅਸੀਂ ਕਰ ਰਹੇ ਹਾਂ, ਇਹ ਵਾਰਤਕ ਵਿੱਚ ਹੈ ਤੇ ਇਸ ਵਿੱਚ ਜਗ ਕਰਨ ਦੇ ਮੰਤਰ, ਇਸ ਤੇ ਕ੍ਰਿਸ਼ਨ ਯਜੁਰ ਤੇ ਸ਼ੁਕਲ ਯਜੁਰ ਦੋ ਵੱਡੇ ਹਿੱਸੇ ਹਨ। ਅਥਰਵ ਵੇਦ ਜਿਹੜਾ ਹੈ ਉਹ ਜਾਦੂ ਟੂਣੇ ਤੇ ਜੰਤਰ ਮੰਤਰ ਦਾ ਵੇਦ ਹੈ। ਇਸ ਦੇ ਟੋਟਲ 20 ਚੈਪਟਰ ਹਨ, 20 ਕਾਂਡ ਹਨ ਤੇ 760 ਮੰਤਰ ਇਹਦੇ ਵਿੱਚ ਹਨ। ਪ੍ਰਾਤਨ ਬ੍ਰਹਮਣੀ ਨਿਸ਼ਚਾ ਸੀ ਕਿ ਵੇਦ ਈਸ਼ਵਰੀ ਰਚਨਾ ਹੈ, ਇਸ ਦਾ ਪਾਠ ਮੁਕਤੀ ਦਵਾਉਂਦਾ ਹੈ, ਮੁਕਤੀ ਦਾਤਾ ਹੈ। ਪਰ ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਇਹ ਗੱਲ ਪ੍ਰਵਾਨ ਨਹੀਂ ਕੀਤੀ ਤੇ ਨਾ ਹੀ ਵੈਦਿਕ ਕਰਮ ਕਾਂਡਾਂ ਨੂੰ ਜੀਵਨ ਦੇ ਵਿੱਚ ਕੋਈ ਥਾਂ ਦਿੱਤੀ ਹੈ। ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗਉੜੀ ਰਾਗ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਚਤੁਰ ਵੇਦ ਮੁਖ ਬਚਨੀ ਉਚਰੈ
ਆਗੇ ਮਹਿਲ ਨਾ ਪਾਈਐ ਬੂਝੇ ਨਾਹੀ ਏਕ ਸੁਧਿਆਕਰ ਉਹ ਸਗਲੀ ਝਾਕ ਚਖਾਈਐ। ਵਿਚਾਰੇ ਵੇਦਾਂ ਨੂੰ ਮੂੰਹ ਤੋਂ ਪੜ੍ਹ ਕੇ ਉਚਾਰਨ ਕਰਨ ਵਾਲੇ ਤੇ ਉਹਨਾਂ ਦਾ ਇੱਕ ਜਿਹੜਾ ਅਸਲੀ ਅੱਖਰ ਭਾਵ ਇੱਕ ਪ੍ਰਮਾਤਮਾ ਦਾ ਨਾਮ ਉਹ ਤੱਕ ਦੀ ਸਮਝ ਨਹੀਂ ਆਈ ਤੇ ਬਾਕੀ ਝੱਕ ਮਾਰਨ ਦੀ ਗੱਲ ਹੀ ਹੈ। ਕਬੀਰ ਬ੍ਰਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ ਅਰਜ ਉਰਜ ਕੇ ਪਚਮੁ ਹੈ ਚਾਰੋਂ ਵੇਦੋਂ ਮਾਹਿ। ਜਿਹੜਾ ਭਗਤ ਕਬੀਰ ਜੀ ਨੇ ਤਾਂ ਇਹੋ ਗੱਲ ਕਹਿ ਦਿੱਤੀ ਵੀ ਠੀਕ ਹੈ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ ਪਰ ਜਿਹੜੇ ਭਗਤ ਜਨ ਹਨ ਇਹ ਉਹਨਾਂ ਦਾ ਗੁਰੂ ਨਹੀਂ ਹੈ ਕਿਉਂਕਿ ਇਹ ਵੇਦਾਂ ਦੇ ਵਿੱਚ ਹੀ ਫਿਲਾਸਫੀ ਵਿੱਚ ਹੀ ਹਰ ਵੇਲੇ ਫਸਿਆ ਰਹਿੰਦਾ ਹੈ ਇਹਨੂੰ ਪਤਾ ਹੀ ਨਹੀਂ ਧਰਮ ਚੀਜ਼ ਕੀ ਹੈ। ਤੋ ਸਤਿਗੁਰੂ ਜੀ ਦੇ ਜਿਹੜਾ ਮਤ ਹੈ ਉਹਦੇ ਅਨੁਸਾਰ ਗੁਣਾਂ ਨੂੰ ਹਾਸਲ ਕਰਨਾ ਹੈ ਮਾਇਆ ਦੇ ਚੱਕਰ ਵਿੱਚੋਂ ਨਿਕਲ ਕੇ ਉਸ ਪਰਮ ਪਿਤਾ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਹੈ। ਪਾਪ ਪੁੰਨ ਦੇ ਆਸਰੇ ਨਰਕ ਸੌਦੇ ਨਰਕ ਸਵਰਗ ਦੇ ਸੌਦੇ ਕਰਨੇ ਪਾਪ ਪੁੰਨ ਚ ਫਸੇ ਰਹਿਣਾ ਇਹ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਦਾ ਢੰਗ ਨਹੀਂ ਹੈ ਭਾਵ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਢੰਗ ਨਹੀਂ ਹੈ। ਬੰਧਨਾਂ ਤੋਂ ਛੁਟਕਾਰਾ ਕੇਵਲ ਤਾਂ ਕੇਵਲ ਪਰਮਾਤਮਾ ਦੇ ਪਿਆਰ ਭਗਤ ਭਗਤੀ ਤੇ ਉਸ ਪਿਆਰ ਪਰਮਾਤਮਾ ਦੇ ਨਾਲ ਇਕਸਾਰਤਾ ਨਾਲ ਹੀ ਹੋ ਸਕਦਾ ਹੈ। ਜਿਹੜੀ ਗੱਲ ਆਸਾ ਕੀ ਵਾਰ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ ਹੈ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰ ਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ। ਤੋ ਇਸ ਮੁਖ ਅੰਤਰ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਪਰਮਾਤਮਾ ਦੀ ਯਾਦ ਵਿੱਚ ਕੀਤੀ ਗਈ ਹੈ। ਤੋ ਇਹ ਵੇਦਾਂ ਦਾ ਛੋਟਾ ਜਿਹਾ ਇੱਕ ਵਿਚਾਰ ਹੈ ਜੋ ਸਾਨੂੰ ਕੋਸ਼ਾਂ ਦੇ ਵਿੱਚ ਮਿਲਦੀ ਹੈ। ਇੱਕ ਛੋਟਾ ਜਿਹਾ ਸ਼ਬਦ ਹੈ ਯਾਦਵ ਜਾਂ ਚੰਦਰਵੰਸ਼ੀ ਯਾਦ ਰਾਜੇ ਦੀ ਔਲਾਦ ਨੂੰ ਯਾਦਵ ਕਿਹਾ ਜਾਂਦਾ ਹੈ ਤੇ ਸ਼੍ਰੀ ਕ੍ਰਿਸ਼ਨ ਜੀ ਇਸੇ ਯਾਦਵ ਵੰਸ਼ ਦੇ ਵਿੱਚੋਂ ਹੋਏ ਹਨ। ਪਹਿਲਾਂ ਇਹਨਾਂ ਦੀ ਰਾਜਧਾਨੀ ਮਥੁਰਾ ਸੀ ਤੇ ਫਿਰ ਦੁਆਰਕਾ ਤੱਕ ਇਹਨਾਂ ਦਾ ਬੋਲਬਾਲਾ ਬਣ ਗਿਆ। ਦੁਰਵਾਸਾ ਰਿਸ਼ੀ ਦੇ ਸਰਾਪ ਕਰਕੇ ਤੇ ਆਪਸੀ ਫੁੱਟ ਕਰਕੇ ਇਹ ਵੰਸ਼ ਜਿਹੜਾ ਸੀ ਇਹ ਨਾਸ਼ ਹੋ ਗਿਆ ਤੇ ਭਗਤ ਨਾਮਦੇਵ ਜੀ ਨੇ ਇਹਦਾ ਜ਼ਿਕਰ ਕੀਤਾ ਦੁਰਵਾਸਾ ਸਿਉ ਕਰਤ ਠਗੋਰੀ ਯਾਦਵ ਇਹ ਫਲ ਪਾਏ ਵੀ ਦੁਰਵਾਸਾ ਰਿਸ਼ੀ ਦਾ ਸਰਾਪ ਦੇ ਦਿੱਤਾ ਤੇ ਇਹ ਜਿਹੜਾ ਸੀ ਵੰਸ਼ ਜਿਹੜਾ ਸੀ ਇਹ ਚਲਾ ਗਿਆ। ਅਗਲਾ ਸ਼ਬਦ ਹੈ ਜਾਨੜੀਏ ਕੈ ਘਰ ਗਾਵਨਾ ਜੀਏ ਤੇ ਨਾਲ ਸ਼ੁਰੂ ਹੁੰਦਾ ਜਾਨੜੀਏ ਕੈ ਘਰ ਗਾਵਨ। ਇਸ ਸਿਰਲੇਖ ਬਿਲਾਵਲ ਰਾਗ ਦੇ ਵਿੱਚ ਸਾਨੂੰ ਮਿਲਦਾ ਹੈ 802 ਅੰਕ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸ਼ਬਦ ਸ਼ੁਰੂ ਹੁੰਦਾ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਉਹਦੇ ਉੱਤੇ ਸਿਰਲੇਖ ਹੈ ਜਾਨੜੀਆ ਕੈ ਘਰ ਗਾਵਨ। ਤਲੰਗ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਜਿੱਥੋਂ ਅਸੀਂ ਸ਼ੁਰੂ ਹੁੰਦਾ ਜਾਨੜੀਏ ਮਾਨੜਾ ਕਾਹੇ ਕਰੇ ਆਪਣੇ ਕਰ ਹਰ ਰੰਗੋ ਕੀ ਨਾ ਮਾਣੇ ਛੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਤੋ ਉਹ 722 ਅੰਕ ਦੇ ਉੱਤੇ ਸ਼ਬਦ ਹੈ। ਤਲੰਗ ਰਾਗ ਦਾ ਜਿਹੜਾ ਸ਼ਬਦ ਹੈ ਜਾਨੜੀਏ ਮਾਨੜਾ ਕਾਹੇ ਕਰੇ ਇਹ ਘਰ ਤੀਜੇ ਵਿੱਚ ਗਾਇਨ ਕਰਨ ਦਾ ਉਦੇਸ਼ ਹੈ ਹੁਕਮ ਹੈ। ਰਾਗ ਬਲਾਵਲ ਦੇ ਵਿੱਚ ਜਿਹੜਾ ਸ਼ਬਦ ਹੈ ਪੰਚਮ ਪਾਤਸ਼ਾਹ ਜੀ ਦਾ
ਇਸ ਘਰ ਦੂਜੇ ਦੇ ਵਿੱਚ ਗਾਉਣ ਦਾ ਉਹਨੂੰ ਹੁਕਮ ਦਿੱਤਾ ਗਿਆ ਹੈ, ਆਦੇਸ਼ ਦਿੱਤਾ ਗਿਆ ਹੈ ਘਰ ਦੂਜਾ, ਤੇ ਨਾਲ ਹੀ ਲਿਖਿਆ ਉਹਦੇ ਤੇ ਜਾਨੜੀਆ ਕੇ ਘਰ ਗਾਵਨਾ, ਜਿੱਥੇ ਸਿਰਲੇਖ ਹੈ ਉੱਥੇ ਘਰ ਦੂਜਾ ਲਿਖ ਕੇ ਨਾਲ ਅੱਗੇ ਜਾਨੜੀਏ ਕੇ ਘਰ ਗਾਵਨਾ ਲਿਖ ਦਿੱਤਾ ਹੈ। ਵਿਦਵਾਨਾਂ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਵੀ, ਸੰਪਰਦਾਇ ਹੋਰ ਵਿਦਵਾਨ ਜਿਹੜੇ ਹੋਏ ਹਨ ਉਹ ਇਹੋ ਗੱਲ ਦੱਸ ਦਿੰਦੇ ਕਿ ਇਹ ਸ਼ਬਦ, ਇਹ ਆਨੜੀਏ ਵਾਲੇ ਸ਼ਬਦ ਮਾਂਗ ਹੀ ਗਾਉਣਾ ਹੈ। ਹਾਲਾਂਕਿ ਦੋਹਾਂ ਸ਼ਬਦਾਂ ਦੇ ਰਾਗ ਤੇ ਘਰ ਵੱਖਰੇ ਵੱਖਰੇ ਹਨ, ਪਰ ਛੰਦ ਚਾਲ ਵੀ ਆਪਸ 'ਚ ਨਹੀਂ ਮਿਲਦੀ, ਪਰ ਫਿਰ ਵੀ ਇਹਨਾਂ ਨੂੰ ਉਸੇ ਧਾਰਨਾ ਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ। ਇਉਂ ਲੱਗਦਾ ਹੈ ਕੋਈ ਕੋਈ ਹੋਰ ਲੋਕ ਧਾਰਨਾ ਜਿਸ ਦੀ ਤਰਜ਼ ਦੇ ਉੱਤੇ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ, ਇਹ ਸਾਂਝੀ ਦੀ ਧਾਰਨਾ ਹੋਵੇਗੀ, ਜਿਸ ਵਾਸਤੇ ਇਸ ਸ਼ਬਦ ਦਾ ਸਿਰਲੇਖ ਵੀ ਜਾਨੜੀਏ ਕੇ ਘਰ ਗਾਵਨਾ ਦਾ ਸਿਰਲੇਖ ਉੱਤੇ ਲਿਖ ਦਿੱਤਾ ਗਿਆ ਹੈ। ਤੋਂ ਇੱਥੇ ਸ਼ਬਦ ਜਿਹੜੇ ਹਨ ਉਹ ਯਈਏ ਦੇ ਨਾਲ ਤਕਰੀਬਨ ਸੰਕੇਤਕ ਸ਼ਬਦਾਵਲੀ ਵਿੱਚ ਤਾਂ ਦੋ ਤਿੰਨ ਸ਼ਬਦ ਹੀ ਸਾਨੂੰ ਮਿਲਦੇ ਹਨ ਜਿਹਨਾਂ ਦੀ ਵਿਚਾਰ ਆਪਾਂ ਕੀਤੀ ਹੈ। ਅਗਰ ਰਾਰੇ ਦੀ ਗੱਲ ਸ਼ੁਰੂ ਕਰਦੇ ਹਾਂ, ਤੋ ਰਾਰੇ ਦਾ ਸਭ ਤੋਂ ਪਹਿਲਾਂ ਸ਼ਬਦ ਹੈ ਰਸ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ, ਜਿੱਥੇ ਖੋਟੇ ਰਸ ਆਏ ਸੀ ਉਹਦੇ ਵਿੱਚ ਅਸੀਂ ਰਸ ਦੀ ਸ਼ਬਦ ਵਿਚਾਰ ਕਰ ਚੁੱਕੇ ਹਾਂ। ਰਸੂਲ ਦੀ ਆਈ ਸੀ ਵਿਚਾਰ ਅਸੀਂ ਪੈਗੰਬਰ ਸ਼ਬਦ ਜਦੋਂ ਆਏ ਸਨ ਉਹਦੇ 'ਚ ਉਹਦੀ ਵਿਚਾਰ ਕਰ ਚੁੱਕੇ ਹਾਂ। ਤੋ ਅਗਲਾ ਸ਼ਬਦ ਹੈ ਰਹਿ ਰਾਸ। ਜੋਗੀਆਂ ਦੀ ਯੋਗ ਮਤ ਦੇ ਵਿੱਚ ਸ਼ਾਮ ਵੇਲੇ ਕੀਤੀ ਜਾਂਦੀ ਜਿਹੜੀ ਪੂਜਾ ਹੈ, ਪੂਜਾ ਪਾਸ਼ਨਾ ਨੂੰ ਉਹ ਰਹਿ ਰਾਸ ਕਹਿੰਦੇ ਹਨ, ਜੋ ਕਿ ਸ਼ਿਵ ਨੂੰ ਸਾਹਮਣੇ ਜਾਂ ਸਨਮੁਖ ਰੱਖ ਕੇ, ਸ਼ਿਵ ਜੀ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਸ ਬਾਰੇ ਗੋਰਖਨਾਥ ਦੀ ਗੋਰਖ ਰਹਿਰਾਸ ਨਾਂ ਦੀ ਇੱਕ ਛੋਟੀ ਜਿਹੀ ਰਚਨਾ ਵੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਨਾਲ ਆਪਣੀ ਰਹਿਰਾਸ ਦੱਸਦਿਆਂ ਹੋਇਆਂ ਇਹ ਆਖਿਆ ਸੀ ਕਿ ਸਾਡੀ ਸ਼ਰਧਾ ਬੰਦਣਾ ਉਸ ਪਰਮੇਸ਼ਰ ਨੂੰ ਹੈ, ਇਹੋ ਹੀ ਸਾਡੀ ਰਹਿਰਾਸ ਹੈ। ਜਦੋਂ ਸਿੱਧ ਗੋਸ ਅਸੀਂ ਬਾਣੀ ਵਿਚਾਰ ਕੀਤੀ ਸੀ, 938 ਅੰਕ ਤੇ ਇੱਕ ਵਿਚਾਰ ਆਉਂਦਾ ਹੈ, ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ, ਤੋ ਇਹ ਲਫ਼ਜ਼ ਆਉਂਦਾ ਹੈ। ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਸ਼ਬਦ ਆਉਂਦਾ ਹੈ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ, ਉਹਦੇ ਵਿੱਚ ਵੀ ਇਹ ਸ਼ਬਦ ਜਿਹੜਾ ਆਉਂਦਾ ਹੈ। ਜੇ ਅਸੀਂ ਇਹਦਾ ਜੇ ਸ਼ਾਬਦਿਕ ਅਰਥ ਲੈਂਦੇ ਹਾਂ ਰਹਿਰਾਸ ਦਾ, ਤੇ ਇਹਦਾ ਅਰਥ ਹੈ ਬੇਨਤੀ, ਬਿਨੈ, ਪ੍ਰਾਰਥਨਾ, ਨਿਵੇਦਨ, ਅਸੀਂ ਜਿੰਨੇ ਮਰਜ਼ੀ ਹੋਰ ਸ਼ਬਦ ਵੀ ਮਿਲਦੇ ਜੁਲਦੇ ਰੱਖ ਲਈਏ। ਤੋ ਇਹ ਸ਼ਬਦ ਗੁਰਬਾਣੀ ਵਿੱਚ ਰਹਿਰਾਸ ਜਿਹੜਾ ਹੋਰ ਵੀ ਕਈ ਜਗ੍ਹਾ ਤੇ ਆਇਆ ਹੈ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸਿੱਧ ਸਭਾ ਕਰ ਆਸਨ ਬੈਠੈ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰਪਾਰੋ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਿਆਂ, ਰਹਿਰਾਸ ਦੇ ਜਿਹੜੇ ਸਪੈਲਿੰਗ ਸ਼ਬਦ ਜੋੜ ਲਿਖਣ ਲੱਗਿਆ ਬਹੁਤ ਸਾਰੇ ਤਕਰੀਬਨ 90-95% ਗਲਤੀ ਕਰਦੇ ਹਨ। ਹਾਹੇ ਨੂੰ ਸਿਹਾਰੀ ਦਾ ਆਮ ਤੌਰ ਤੇ ਲਿਖਿਆ ਜਾਂਦਾ, ਚੰਗੇ ਚੰਗੇ ਵਿਦਵਾਨ ਪੜ੍ਹੇ ਲਿਖੇ ਕਥਾਕਾਰ ਵੀ ਇਹ ਹਾਹੇ ਨੂੰ ਸਿਹਾਰੀ ਪਾ ਦਿੰਦੇ ਆ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਸੱਸੇ ਨੂੰ ਸਿਹਾਰੀ ਦੇ ਨਾਲ ਹੀ ਆਇਆ ਹੈ ਰਹਿ ਰਾਸ। ਇਹਦੇ ਸ਼ਬਦ ਜੋੜ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ, ਖਾਸ ਕਰਕੇ ਜਦੋਂ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਇਸ਼ਤਿਹਾਰ ਪੜ੍ਹਦੇ ਹਾਂ ਤਾਂ ਉੱਥੇ ਸਪੈਲਿੰਗ ਗਲਤ ਹੀ ਹੁੰਦੇ ਹਨ, ਆਮ ਤੌਰ ਤੇ ਮੈਂ ਦੇਖਣ ਚ ਮਿਲਿਆ ਹੈ। ਤੋ ਮੇਰੀ ਬੇਨਤੀ ਹੈ
ਕਿ ਜਦੋਂ ਵੀ ਅਸੀਂ ਰਾਸ ਸ਼ਬਦ ਗੁਰਬਾਣੀ ਦੇ ਮੁਤਾਬਕ ਲਿਖਣਾ ਹੋਵੇ ਤਾਂ ਫਿਰ ਸੱਸੇ ਨੂੰ ਸਿਹਾਰੀ ਦੇ ਨਾਲ ਲਿਖਿਆ ਜਾਂਦਾ, ਰਾਰਾ ਹਾਹਾ, ਰਾਰੇ ਨੂੰ ਕੰਨਾ ਤੇ ਸੱਸੇ ਨੂੰ ਸਿਹਾਰੀ, ਰਹਿ ਰਾਸ, ਇਹ ਸ਼ਬਦ ਜੋੜੇ ਦਾ ਇਸ ਤਰ੍ਹਾਂ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸੇ ਤਰ੍ਹਾਂ ਹੀ ਸਾਨੂੰ ਜੋੜ ਮਿਲਦਾ ਹੈ। ਤੋ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਸੀਂ ਰੋਜ਼ ਜਿਹੜੇ ਸ਼ਬਦ ਰਾਸ ਦਾ ਰੋਜ਼ ਪਾਠ ਕਰਦੇ ਹਾਂ, ਜਿੱਥੋਂ ਜਾਪਦਾ ਹੈ ਕਿ ਉਹ ਬਾਣੀ ਦਾ ਨਾਂ ਵੀ ਇਸੇ ਪੰਕਤੀ ਤੋਂ ਪਿਆ ਹੋਏਗਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਣੋ ਕਰੂੰ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸ਼ਰਨਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਤੋ ਇੱਥੋਂ ਰਾਸ ਸ਼ਬਦ ਬਾਣੀ ਦਾ ਨਾਂ ਵੀ ਇੱਥੋਂ ਹੀ ਪਿਆ ਜਾਵਦਾ ਹੈ, ਇਸੇ ਪੰਕਤੀ ਦੇ ਉੱਤੇ। ਹਾਲਾਂਕਿ ਇਹਦਾ ਜਿਹੜਾ ਸਿਰਲੇਖ ਹੈ ਉਹ ਸੋਧਰ ਹੈ, ਜੋ ਸ਼ਬਦਾਂ ਦਾ ਸਿਰਲੇਖ ਹੈ ਉਹ ਸੋਧਰ ਹੈ, ਔਰ ਰਾਸ ਦਾ ਸਰੂਪ ਜੋ ਸਾਨੂੰ ਮਿਲਦਾ ਹੈ ਉਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿਰਲੇਖ ਉਹਦੇ ਤੇ ਵੀ ਸੋਧਰ ਹੀ ਲਿਖਿਆ ਮਿਲਦਾ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਇਹ ਬਾਣੀ ਸ਼ਾਮ ਨੂੰ ਪੜ੍ਹਨ ਦੇ, ਸਾਡੇ ਨਿਤਨੇਮ ਦੀ ਬਾਣੀ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਤੋ ਬਾਣੀ ਇਸ ਸੰਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਥਾਨ ਦੇ ਉੱਤੇ ਜਿਹੜੀ ਰਹਿਤ ਮਰਿਆਦਾ ਦੀ ਬਾਣੀ ਹੈ ਉਸ ਮੁਤਾਬਕ ਦਰਜ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੀਆਂ ਸਿਰਫ 9 ਸ਼ਬਦ ਹਨ ਇਸ ਤਰ੍ਹਾਂ ਰਾਸ ਦੇ। ਅੱਗੇ ਚੁਪਈ ਬਾਅਦ ਵਿੱਚ ਸ਼ਾਮਿਲ ਹੋਈ, ਕਿਵੇਂ ਹੋਈ, ਇਹ ਦਸਮ ਪਾਤਸ਼ਾਹ ਦੇ ਨਾਂ ਦੇ ਨਾਲ ਜੋੜ ਕੇ ਕਿਵੇਂ ਇਹਨੂੰ ਰੱਖਿਆ ਗਿਆ, ਇਹ ਵੱਖਰਾ ਵਿਸ਼ਾ ਹੈ। ਪਰ ਜਿਹੜਾ ਸਰੂਪ ਸਾਨੂੰ ਰਾਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਮਿਲਦਾ ਹੈ ਤਾਂ ਉਹਦੇ ਚ 5 ਸ਼ਬਦ ਸਾਨੂੰ ਸੋਧਰ ਸਿਰਲੇਖ ਹੇਠ ਮਿਲਦੇ ਹਨ ਤੇ 4 ਸ਼ਬਦ ਸੋਪੁਰਖ ਸਿਰਲੇਖ ਹੇਠ ਮਿਲਦੇ ਹਨ। ਜਦੋਂ ਅਸੀਂ ਪੜ੍ਹਦੇ ਹਾਂ ਆਸਾ ਰਾਗ ਦੇ 3 ਸ਼ਬਦ ਹਨ, ਗੁਜਰੀ ਮਹਿਲਾ ਚੌਥਾ ਇੱਕ ਸ਼ਬਦ ਹੈ ਅਤੇ ਗੁਜਰੀ ਮਹਿਲਾ ਪੰਜਵਾਂ ਦਾ ਇੱਕ ਸ਼ਬਦ ਹੈ, 5 ਸ਼ਬਦ ਹਨ। ਇਸੇ ਤਰ੍ਹਾਂ ਜਿਹੜੇ 4 ਸ਼ਬਦ ਸੋਪੁਰਖ ਸਿਰਲੇਖ ਹਨ, ਆਸਾ ਦਾ ਇੱਕ ਸ਼ਬਦ, ਆਸਾ ਮਹਿਲਾ ਚੌਥਾ ਇੱਕ ਸ਼ਬਦ ਹੈ, ਫਿਰ ਆਸਾ ਮਹਿਲਾ ਪਹਿਲਾ ਤੇ ਆਸਾ ਮਹਿਲਾ ਪੰਜਵਾਂ, 2 ਸ਼ਬਦ 3 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ, ਤੇ ਫਿਰ ਇੱਕ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਜੋ ਤਿਤ ਸਰਵ ਜੋ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰਿਆ ਹੈ। ਤੋ ਇਹ ਸਿਰਲੇਖ ਸਾਨੂੰ ਜਿਹੜਾ ਹੈ ਉੱਥੇ ਮਿਲਦਾ ਹੈ। ਜੇ ਅਸੀਂ ਪੰਥਕ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ 25 ਅੰਕ ਛੁਪਈ ਦੇ ਹਨ, ਜਿਹੜੇ 377 ਤੋਂ ਸ਼ੁਰੂ ਹੁੰਦੇ ਨੇ, ਤਾਂ ਉਹ 25 ਅੰਕ ਉਸ ਤੋਂ ਵੀ ਸ਼ਾਮਿਲ ਕੀਤੇ, ਉਹਦਾ ਅਗਲਾ ਹਿੱਸਾ ਵੀ ਨਹੀਂ ਸ਼ਾਮਿਲ ਹੋਇਆ, ਪਿਛਲਾ ਹਿੱਸਾ ਵੀ ਸ਼ਾਮਿਲ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਸਵਈਆ, ਫਿਰ ਦੋਹਰਾ, ਤੇ ਫਿਰ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਆਖਰੀ ਪੌੜੀ, ਮਧਾਵਨੀ ਵਾਲਾ ਸ਼ਬਦ, ਥਾਲ ਵਿੱਚ 3 ਵਸਤੂ ਪਈ ਹੋ, ਤੇ ਫਿਰ ਆਖਰੀ ਸ਼ਬਦ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੰਨਾ ਨੰਬਰ 8 ਤੋਂ ਇਹ ਸ਼ਬਦ ਜਿਹੜੇ ਸ਼ੁਰੂ ਹੁੰਦੇ ਨੇ, ਤੇ ਇਹ ਤਕਰੀਬਨ 9 ਸ਼ਬਦ ਜਿਹੜੇ ਹਨ ਉੱਥੇ ਹਨ। ਅਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਜਿੱਥੋਂ 6 ਪੌੜੀਆਂ ਲਈਆਂ ਨੇ, 917 ਅੰਕ ਤੋਂ ਸ਼ੁਰੂ ਹੁੰਦੀ ਹੈ, ਤੇ ਮਧਾਵਨੀ ਦਾ ਸ਼ਬਦ ਜਿਹੜਾ 1429 ਅੰਕ ਦੇ ਉੱਤੇ ਹੈ। ਇਸੇ ਤਰ੍ਹਾਂ ਜਿਹੜਾ ਤੇਰਾ ਕੀਤਾ ਜਾਤੋ ਨਾ ਸ਼ਲੋਕ ਮਹਿਲਾ ਪੰਜਵਾਂ, ਇਹ ਵੀ 1429 ਦੇ ਉੱਤੇ ਆਉਂਦਾ ਹੈ।
ਇਹ ਰਹਾਉ ਦੀ ਬਾਣੀ ਜਿਹੜੀ ਹੈ, ਰਾਸ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ ਔਰ ਸ਼ਾਮ ਨੂੰ ਪੜ੍ਹੀ ਜਾਂਦੀ ਬਾਣੀ ਹੈ। ਭਾਵੇਂ ਇਹਦਾ ਸਿਰਲੇਖ ਇਹ ਨਹੀਂ, ਕਈ ਲੇਖਕਾਂ ਨੇ ਫਾਰਸੀ ਦੇ ਇੱਕ ਰਾਹੇ ਰਾਸਤ ਸ਼ਬਦ ਤੋਂ ਇਹ ਬਣਤਰ ਮੰਨੀ ਹੈ, ਵੀ ਫਾਰਸੀ ਤੋਂ ਵੀ ਸ਼ਬਦ ਇਹਦੀ ਬਣਤਰ ਹੋ ਸਕਦੀ ਹੈ, ਪਰ ਇਹ ਠੀਕ ਨਹੀਂ ਜਾਪਦਾ, ਇਹ ਲੱਗਦਾ ਨਹੀਂ। ਕਈ ਲੇਖਕਾਂ ਨੇ ਲਿਖਿਆ ਹੈ ਪਰ ਇਹ ਸ਼ਬਦ ਠੀਕ ਨਹੀਂ ਲੱਗਦਾ, ਕਿਉਂਕਿ ਇਸ ਸ਼ਬਦ ਦਾ ਪ੍ਰਯੋਗ ਪ੍ਰਾਚੀਨ ਸਾਹਿਤ ਦੇ ਵਿੱਚ ਵੀ ਮਿਲਦਾ ਹੈ। ਇਸ ਵਾਸਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਹ ਫਾਰਸੀ ਦੇ ਸ਼ਬਦ ਤੋਂ ਇਸ ਤਰ੍ਹਾਂ ਦਾ ਬਣਤਰ ਜਿਹੜੀ ਹੈ ਉਹ ਹੋਈ ਹੈ। ਅਗਲਾ ਸ਼ਬਦ ਅਸੀਂ ਲੈਂਦੇ ਹਾਂ ਰਹਾਓ। ਰਹਾਓ ਦਾ ਸ਼ਬਦੀ ਅਰਥ ਹੈ ਟੇਕ ਜਾਂ ਧਾਰਨਾ ਜਾਂ ਰੁਕ ਜਾਣਾ, ਠਹਿਰ ਜਾਣਾ। ਇਹ ਵੱਖਰੇ ਵੱਖਰੇ ਸ਼ਬਦ ਰਹਾਓ ਦੇ ਹਨ ਜਿਹੜੇ ਸਾਨੂੰ ਮਿਲਦੇ ਹਨ, ਤੇ ਇਹਨਾਂ ਦਾ ਇਹ ਇੱਕ ਸ਼ਾਬਦਿਕ ਅਰਥ ਜਿਹੜੇ ਇਸ ਰਹਾਓ ਦੇ ਹਨ, ਇਹ ਸਾਨੂੰ ਟਿਕਣਾ ਜਾਂ ਅਸਥਿਰ ਹੋਣਾ, ਸਥਿਰ ਹੋਣਾ ਦਾ ਇੱਕ ਜਾਚੀਜ਼ ਦਿਖਾਉਂਦੇ ਹਨ। ਭਾਈ ਰੇ ਗੁਰਮਤਿ ਸਾਚਿ ਰਹਾਉ, ਸ਼੍ਰੀ ਰਾਗ ਮਹਿਲਾ ਤੀਜਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਟੇਕ ਜਾਂ ਸਥਾਈ ਦੇ ਅਰਥਾਂ ਦੇ ਵਿੱਚ ਇਹਨੂੰ ਵਰਤਿਆ ਗਿਆ ਹੈ। ਆਮ ਤੌਰ ਤੇ ਹਰ ਸ਼ਬਦ ਵਿੱਚ ਇੱਕ ਰਹਾਉ ਆਉਂਦਾ ਹੈ, ਜਿਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਸ਼ਬਦ ਦਾ ਕੇਂਦਰੀ ਭਾਵ ਇਸ ਦੇ ਵਿੱਚ ਹੈ। ਹੁਣ ਜੇ ਔਰ ਇਹ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਸ਼ਬਦ ਨੂੰ ਸਮਝਣਾ ਹੋਵੇ ਤਾਂ ਰਹਾਉ ਦੇ ਅੰਕ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ। ਇਹਦਾ ਮਤਲਬ ਵੀ ਲੱਗਦਾ ਹੈ ਕਿ ਸ਼ਬਦ ਦੇ ਗਾਇਨ ਸਮੇਂ ਇਸ ਤੁਕ ਨੂੰ ਧਾਰਨਾ ਬਣਾਇਆ ਜਾਵੇ, ਪਰ ਜਿਹੜਾ ਅੱਜ ਕੱਲ੍ਹ ਅਲੋਪ ਹੋ ਗਿਆ, ਅੱਜ ਕੱਲ੍ਹ ਇਹ ਸਿਧਾਂਤ ਚਲਾ ਹੀ ਗਿਆ। ਇਸ ਕਰਕੇ ਜਿਹੜੇ ਸੰਪਰਦਾਈ ਗਿਆਨੀ ਹਨ ਉਹ ਇਹ ਵਿਚਾਰ ਦਿੰਦੇ ਹਨ ਕਿ ਰਹਾਉ ਦੀ ਤੁਕ ਵਿੱਚ ਕੇਂਦਰੀ ਭਾਵ ਹੁੰਦਾ, ਇਸ ਦੇ ਦੁਆਲੇ ਸਾਰੇ ਖਿਆਲ ਦੀ ਉਸਾਰੀ ਕੀਤੀ ਗਈ ਹੁੰਦੀ ਹੈ। ਕੁਝ ਕੁ ਸ਼ਬਦਾਂ ਦੇ ਵਿੱਚ ਅੰਤ ਤੇ ਰਹਾਉ ਦੂਜਾ ਵੀ ਲਿਖਿਆ ਮਿਲਦਾ ਹੈ। ਇਸ ਦਾ ਅਰਥ ਮੰਤਵ ਇਤਨਾ ਹੀ ਹੈ ਕਿ ਜਿਨ੍ਹਾਂ ਸ਼ਬਦਾਂ ਵਿੱਚ ਖਿਆਲ ਦੀ ਉਸਾਰੀ ਜਿਹੜੀ ਸਿਰੇ ਤੱਕ ਪਹੁੰਚ ਗਈ ਹੈ ਤੇ ਫਿਰ ਧਾਰਨਾ ਬਦਲਣ ਦੀ ਲੋੜ ਪੈਂਦੀ ਹੈ। ਇਸ ਲਈ ਕਿਤੇ ਕਿਤੇ ਇਸ ਦਾ ਸੰਕੇਤ ਇਸ ਵੀ ਮਿਲਦਾ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ। ਜਿਵੇਂ ਕੁਛ ਸਵਾਲ ਪਹਿਲੇ ਰਹਾਉ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਆ ਜਾਂਦਾ ਹੈ ਤੇ ਦੂਜੇ ਰਹਾਉ 'ਚ ਉਹਦਾ ਜਵਾਬ ਦਾ ਜ਼ਿਕਰ ਵੀ ਆਉਂਦਾ ਹੈ। ਇੱਕ ਸ਼ਬਦ ਆਉਂਦਾ ਹੈ 175 ਅੰਕ ਦੇ ਉੱਤੇ, ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਇਹ ਪਹਿਲਾ ਰਹਾਉ ਹੈ ਇਸ ਸ਼ਬਦ ਦਾ, ਤੇ ਦੂਜਾ ਰਹਾਉ ਹੈ ਇਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਵੀ ਪ੍ਰਮਾਤਮਾ ਕਿਵੇਂ ਮਿਲੇ ਤੇ ਆਨੰਦ ਕਿਵੇਂ ਬਣੇ, ਪਹਿਲੇ ਰਹਾਉ 'ਚ ਸਵਾਲ ਕੀਤਾ। ਹੁਣ ਗੁਰੂ ਸਾਹਿਬ ਜੀ ਨੂੰ ਸਾਰਾ ਢੰਗ ਦੱਸ ਕੇ ਬਾਕੀ ਅੰਕਾਂ ਦੇ ਵਿੱਚ ਅੱਗੇ ਤਾਂ ਫਿਰ ਕਹਿਤਾ ਵੀ ਇਸ ਢੰਗ ਨਾਲ ਮਿਲਦਾ ਹੀ ਰੱਬ, ਪਰਮਾਤਮਾ ਇਸ ਤਰੀਕੇ ਨਾਲ ਮਿਲੇਗਾ, ਇਹਨੇ ਬੇਦੇ ਕੁਸ਼ਲ ਆਨੰਦ ਇਉਂ ਬਣੇਗਾ, ਆਹੀ ਢੰਗ ਹੈ। ਪਹਿਲੇ ਦੇ ਵਿੱਚ ਸਵਾਲ ਤੇ ਜੁਦੇ ਦੇ ਵਿੱਚ ਉਹਦਾ ਜਵਾਬ ਜਿਹੜਾ ਸੀ ਉਹ ਵੀ ਨਾਲ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਸ਼ਬਦਾਂ ਵਿੱਚ ਦੋ ਤੋਂ ਵੀ ਵੱਧ ਰਹਾਉ ਹਨ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਅੰਕਾਂ ਦੇ ਜਿਹੜੀ ਵੱਖਰੇ ਵੱਖਰੀ ਜਿਹੜੀ ਸਿਧਾਂਤਕ ਵਿਚਾਰ ਦਿੱਤੀ ਹੁੰਦੀ ਹੈ, ਇਸ ਵਾਸਤੇ ਉਹਨਾਂ ਦੇ ਨਾਲ ਰਹਾਉ ਵੱਖਰਾ ਤੌਰ ਤੇ ਲਿਖ ਦਿੱਤਾ ਜਾਂਦਾ ਹੈ।
ਇੱਕ ਹੋਰ ਸ਼ਬਦ ਜਿਵੇਂ ਅਸੀਂ ਦੇਖਦੇ ਹਾਂ, ਇਹ ਤੂੰ ਸਾਜਨ ਕਾਹੂੰ ਬੇਰਾ, ਇਹਦੀਆਂ ਦੇ ਪੰਕਤੀਆਂ ਅਸੀਂ ਪੜ੍ਹਦੇ ਹਾਂ। ਤੇ ਇੱਕ ਹੋਰ ਸ਼ਬਦ ਹੋਰ ਆਉਂਦਾ ਹੈ, ਤਾਗਾ ਕਰਕੇ ਲਾਈ ਬਿਗਲੀ, ਲਹੂ ਨਾੜੂ ਸੂਹਾ ਹੈ ਹਸਤੀ। ਉਹਦੀ ਰਾਵ ਦੀ ਪੰਕਤੀ ਹੈ, ਜਪ ਨਾਥ ਦਿਨ ਰਹਿਨਾਈ, ਤੇਰੀ ਖਿੰਥਾ ਦੋ ਦਿਹਾਈ। ਖਿੰਥਾ ਦਾ ਅਰਥ ਗੋਦੜੀ ਹੁੰਦਾ, ਇਹ ਰਹਾਉ ਦੇ ਅੰਕ ਹੈ। ਪਰ ਦੂਜਾ ਰਹੰਕ ਹੈ, ਦੂਜਾ ਅੰਕ ਜਿਹੜਾ ਉਹਦੇ ਚ ਆਉਂਦਾ, ਹੁਣ ਪਾਇਆ ਗੁਰ ਗੁਸਾਈ। ਮਤਲਬ ਇਉਂ ਜਪਿਆ ਨਾਥ ਦਿਨ ਰਹਿਨਾਈ ਤੇ ਹੁਣ ਪਾਇਆ ਗੁਰ ਗੁਸਾਈ। ਉੱਥੇ ਵੀ ਬਿਲਕੁਲ ਇਹ ਰੱਬ ਨੂੰ ਮਿਲਣ ਦੀ ਗੱਲ ਸੀ, ਵੀ ਤੇਰੇ ਜ਼ਿੰਦਗੀ ਥੋੜੀ ਹੈ, ਜੇ ਸਮਾਂ ਦੋ ਤਿਹਾਈ ਭਾ ਬਹੁਤ ਛੋਟਾ ਜਿਹਾ ਸਮਾਂ ਹੈ, ਆਪਣੇ ਜੀਵਨ ਦੀ ਇਸ ਗੋਦੜੀ ਨੂੰ ਸੰਭਾਲ ਕੇ, ਇਹ ਨਾਸ਼ ਹੋਣ ਵਾਲੀ ਹੈ, ਕਿੰਨੇ ਕੁ ਟਾਂਕੇ ਕਿੰਨੇ ਕੁ ਤਰੋਪੇ ਨੂੰ ਲਾ ਲਵੇਂਗਾ, ਤੇ ਦਿਨ ਰਾਤ ਪਰਮਾਤਮਾ ਦੀ ਯਾਦ ਵਿੱਚ ਜੁੜ ਤੇ ਇਉਂ ਤੈਨੂੰ ਪਰਮਾਤਮਾ ਜਿਹੜਾ ਹੈ ਉਹ ਮਿਲ ਸਕਦਾ ਹੈ, ਪਰਮਾਤਮਾ ਤੈਨੂੰ ਇਸ ਢੰਗ ਨਾਲ ਮਿਲੇਗਾ। ਤੋ ਇਹ ਸ਼ਬਦ ਜਿਹੜਾ ਹੈ ਇਸ ਢੰਗ ਦੇ ਨਾਲ ਵਰਤਿਆ ਗਿਆ। ਅਗਲਾ ਸ਼ਬਦ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਕ ਦੇਖਣ ਨੂੰ ਮਿਲਦਾ, ਰਹੋਏ ਕੇ ਸੰਤ ਕੈ ਘਰ, ਰਹੋਏ ਕੇ ਸੰਤ ਕੈ ਘਰ। ਰਹੋਆ ਇੱਕ ਕਿਸਮ ਦਾ ਪੰਜਾਬੀ ਪੇਂਡੂ ਗੀਤ ਹੈ ਜੋ ਲੰਮੀਆਂ ਹੇਕਾਂ ਨਾਲ ਗਾਇਆ ਜਾਂਦਾ ਹੈ। ਬੀਬੀਆਂ ਵਿਆਹ ਦੇ ਸਮੇਂ ਆਮ ਤੌਰ ਤੇ ਇਸ ਹੇਕਾਂ ਦੇ ਨਾਲ ਗੀਤ ਗਾਉਂਦੀਆਂ ਵੀ ਹਨ। ਮੰਦਰਾਂ ਦੇ ਵਿੱਚ ਇਸ ਗੀਤ ਦਾ ਇਸ ਟਿਊਨਾਂ ਦੇ ਉੱਤੇ, ਧੁਨਾਂ ਦੇ ਉੱਤੇ ਗਾਇਨ ਕੀਤਾ ਜਾਂਦਾ ਹੈ। ਗੋੜੀ ਰਾਗ ਦੇ ਵਿੱਚ ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਕੋਈ ਰਾਮ ਪਿਆਰੇ ਗਾਵੇ ਨੂੰ ਇਸੇ ਤਰਜ਼ ਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ। ਇਹ 203 ਅੰਕ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸ਼ਬਦ ਹੈ ਜਿਹੜੀ ਹਦਾਇਤ ਕੀਤੀ ਗਈ ਹੈ, ਹੈ ਕੋਈ ਰਾਮ ਪਿਆਰੋ ਗਾਵੇ, ਰੋਹੇ ਦੇ ਗੀਤ ਦੀ ਧਾਰਨਾ ਉੱਪਰ ਗਾਉਂਦਾ ਦੇਸ਼ ਹੈ। ਤੇ ਇਸ ਵਿੱਚ ਟੇਕ ਦੀ ਤੁਕ ਨੂੰ ਬਾਰ ਬਾਰ ਗਾਉਣਾ ਹੁੰਦਾ ਹੈ, ਜਿਹੜੀ ਟੇਕ ਹੋਵੇ ਉਹਨੂੰ ਬਾਰ ਬਾਰ ਗਾਇਆ ਜਾਂਦਾ ਹੈ, ਜੋ ਲੰਮੀ ਧਾਰਨਾ ਦੇ ਨਾਲ ਗਾਇਆ ਜਾਂਦਾ ਹੈ। ਜਿਹੜਾ ਇਹ ਰਹੋਏ ਰਹੋਆ ਜਾਂ ਇਹ ਰਹੋਆ, ਇਹ ਕਹਿ ਸਕਦੇ ਹਾਂ ਕਿ ਰਹੋਆ ਇੱਕ ਗੀਤ ਦੀ ਕਿਸਮ ਹੈ, ਜਿਹੜੀ ਗੀਤ ਦੀ ਪੇਂਡੂ ਗੀਤ ਜਿਹੜਾ ਹੈ ਉਹ ਗਾਇਆ ਜਾਂਦਾ ਹੈ। ਤੇ ਰਹੋਏ ਦਾ ਇਹ ਛੋਟਾ ਜਿਹਾ ਭਾਵ ਜਿਹੜਾ ਇਹੋ ਹੀ ਹੈ। ਇਸ ਤੋਂ ਅਗਲਾ ਸ਼ਬਦ ਹੈ ਰਕਤ ਬੀਜ। ਗੁਰਬਾਣੀ ਵਿੱਚ ਇਹ ਸ਼ਬਦ ਕਾਫੀ ਵਾਰੀ ਵਰਤਿਆ ਗਿਆ। ਇੱਕ ਰਾਖਸ਼ ਦਾ ਨਾਮ ਜੋ ਕਿ ਰਾਜੇ ਸੁੰਭ ਦਾ ਸੈਨਾਪਤੀ ਸੀ, ਇਹ ਰਕਤ ਬੀਜ ਉਹਦਾ ਨਾਮ ਸੀ। ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਇਸਦੇ ਜਿਤਨੇ ਖੂਨ ਦੇ ਕਤਰੇ ਡਿੱਗਦੇ, ਉਹਨਾਂ ਤੋਂ ਉਹਨੇ ਹੋਰ ਦੈਂਤ ਪੈਦਾ ਹੋ ਜਾਂਦੇ। ਮਾਰਕੰਡੇ ਪੁਰਾਣ ਦੇ ਵਿੱਚ ਇਸ ਨੂੰ ਕਾਲੀ ਅਤੇ ਦੁਰਗਾ ਨੇ ਮਿਲ ਕੇ ਮਾਰਿਆ ਲਿਖਿਆ ਗਿਆ ਹੈ। ਕਾਲੀ ਨੇ ਇਸ ਤੇਜ਼ੀ ਨਾਲ ਲਹੂ ਦੇ ਤੁਪਕੇ ਚੱਟੇ ਕਿ ਕੋਈ ਦੈਂਤ ਵਜੂਦ ਵਿੱਚ ਹੀ ਨਾ ਰਹੇ, ਤੇ ਦੁਰਗਾ ਨੇ ਇਸਦਾ ਸਿਰ ਕੱਢ ਦਿੱਤਾ। ਤੇ ਸਤਿਗੁਰਾਂ ਦੇ ਕਥਨ ਅਨੁਸਾਰ ਅਜਿਹੇ ਰਾਕਸ਼ਾਂ ਨੂੰ ਨਾਸ਼ ਕਰਨ ਵਾਲਾ ਸਰਵ ਸ਼ਕਤੀਮਾਨ ਪ੍ਰਮਾਤਮਾ ਆਪ ਹੀ ਹੈ, ਰਕਤ ਬੀਜ ਕਾਲ ਨੇ ਬਿਦਾਰੇ। ਤੋ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਹਰ ਉਹ ਸ਼ਬਦ ਇਸਤੇਮਾਲ ਕੀਤੇ ਹਨ ਜਿਹੜੇ ਸਮਾਜ ਵਿੱਚ ਵਿਚਾਰੇ ਜਾਂਦੇ ਸਨ ਜਾਂ ਵਰਤੇ ਜਾਂਦੇ ਸਨ, ਜਾਂ ਜਿਹੜੇ ਸ਼ਬਦ ਸਮਾਜ ਵਿੱਚ ਪਾਪੂਲਰ ਜਾਂ ਇੱਥੇ ਆਮ ਤੌਰ ਤੇ ਉਹਨਾਂ ਦੀ ਵਰਤੋਂ ਹੁੰਦੀ ਸੀ, ਉਹ ਵਰਤ ਕੇ ਹੀ ਸਮਝਾਇਆ। ਉਹਨਾਂ ਚੀਜ਼ਾਂ ਨੂੰ ਵਰਤ ਕੇ ਹੀ ਗੁਰੂ ਪਾਤਸ਼ਾਹ ਜੀ ਨੇ ਅੱਗੇ ਸਮਝਾਇਆ ਹੈ। ਤੋ ਭਗਤ ਰਵਿਦਾਸ ਜੀ, ਅਗਲਾ ਸ਼ਬਦ ਹੈ ਰਵਿਦਾਸ।
ਰਵਿਦਾਸ ਜੀ ਜੇ ਜੀਵਨ ਬਾਰੇ ਅਸੀਂ ਕਰਦੇ ਹਾਂ ਤਾਂ ਬਹੁਤ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ, ਇਹਨਾਂ ਦੇ ਜਨਮ ਬਾਰੇ ਬਹੁਤ ਮਤ ਭੇਜੇ ਚੱਲੇ ਆਉਂਦੇ ਹਨ। ਇਹ ਇੱਕ ਮਹਾਨ ਉੱਤਰੀ ਭਾਰਤ ਦੇ ਵਿੱਚ ਮਹਾਨ ਸੰਤ ਪਰੰਪਰਾ ਦੇ ਵਿੱਚੋਂ ਇੱਕ ਬੰਦਗੀ ਪੈਣ ਵਾਲੇ ਭਗਤ ਹੋਏ ਹਨ। ਇਹਨਾਂ ਦੇ ਜਨਮ ਬਾਰੇ ਬਖਰੇਵੇਂ ਮਿਥਿਹਾਸ ਸਾਨੂੰ ਬਸ ਇਹ ਕਹਿ ਸਕਦੇ ਹਾਂ ਕਿ ਮਿਥਿਹਾਸ ਦੀ ਧੁੰਦ ਵਿੱਚ ਹੀ ਲਪੇਟੇ ਹੋਏ ਹਨ। ਮੈਂ ਮੁਹਾਵਰਾ ਵਰਤਾਂ, ਮਿਥਿਹਾਸ ਦੀ ਧੁੰਦ ਵਿੱਚ ਹੀ ਇਹਨਾਂ ਦੇ ਜਨਮ ਲਪੇਟਿਆ ਹੋਇਆ ਮਿਲਦਾ ਹੈ। ਜਿਹੜੀ ਅਖਿਲ ਭਾਰਤੀ ਰਵਿਦਾਸ ਸਾਹਿਤ ਪਰਿਸ਼ਦ ਦਿੱਲੀ ਹੈ, ਉਹਨਾਂ ਵੱਲੋਂ ਆਪ ਜੀ ਦਾ ਜਨਮ 1376 ਈਸਵੀ ਦਾ ਲਿਖਿਆ ਗਿਆ ਹੈ। ਉਹਨਾਂ ਨੇ ਇਹਦੀ ਪੁਸ਼ਟੀ ਦੇ ਲਈ ਇੱਕ ਹਵਾਲਾ ਵੀ ਦਿੱਤਾ ਹੈ, 1433 ਸਕੀ ਮਾਘ ਸੁਦੀ ਪੰਦਰਾਸ ਦੁਖੀਓ ਕੇ ਕਲਿਆਣ ਹਿਤ ਪ੍ਰਗਟੇ ਸ਼੍ਰੀ ਰਵਿਦਾਸ। ਉਹਨਾਂ ਨੇ ਇੱਕ ਸਲੋਕ ਜਿਹਾ ਵੀ ਇਸ ਤਰ੍ਹਾਂ ਦਾ ਲਿਖਿਆ, ਉਹਦੇ 'ਚ ਲਿਖਿਆ ਹੋਇਆ ਹੈ। ਭਗਤ ਰਵਿਦਾਸ ਜੀ ਦੇ ਜੀਵਨ ਦੇ ਸੰਬੰਧੀ ਇੱਕ ਹੋਰ ਥੋੜੀ ਜਿਹੀ ਮੁਸ਼ਕਲ ਇਹ ਹੈ ਕਿ ਉਹਨਾਂ ਦੇ ਜਨਮ ਸਥਾਨ ਨਾਲ ਦਾ ਵੀ ਕੋਈ ਪੱਕਾ ਪਤਾ ਨਹੀਂ ਲੱਗਦਾ, ਔਰ ਜਨਮ ਸਥਾਨ ਬਾਰੇ ਵੀ ਕੋਈ ਪੱਕੇ ਨਿਸ਼ਚੇ ਨਾਲ ਅਸੀਂ ਨਹੀਂ ਕਹਿ ਸਕਦੇ। ਪ੍ਰਿਥਵੀ ਸਿੰਘ ਆਜ਼ਾਦ ਆਪ ਦਾ ਜਨਮ ਬਨਾਰਸ ਦੇ ਨੇੜੇ ਇੱਕ ਮੰਡੂਰ ਨੂੰ ਮੰਨਦਾ ਹੈ, ਪਿੰਡ ਮੰਡੂਰ ਹੈ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪੱਛਮੀ ਦਰਵਾਜ਼ੇ ਨੂੰ ਲੰਘ ਕੇ ਇੱਕ ਪਿੰਡ ਗੁਰਦਨਪੁਰਾ ਹੈ ਜੋ ਹੁਣ ਬਨਾਰਸ ਦਾ ਹਿੱਸਾ ਬਣ ਗਿਆ ਹੈ। ਇਹਨਾਂ ਨੂੰ ਵੀ, ਗੁਰਦਨਪੁਰੇ ਨੂੰ ਵੀ ਭਗਤ ਰਵਿਦਾਸ ਜੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇੱਥੇ ਆਪ ਜੀ ਦੀਆਂ ਯਾਦਗਾਰਾਂ ਦੀਆਂ ਵੀ ਹਨ, ਇੱਕ ਰੰਬੀ ਤੇ ਇੱਕ ਸੰਖ ਜਿਹੜਾ ਹੈ ਉੱਥੇ ਗੁਰਦਨਪੁਰੇ ਦੇ ਵਿੱਚ ਪਿਆ ਹੋਇਆ ਮਿਲਦਾ ਹੈ। ਤੇ ਅੱਜ ਕੱਲ੍ਹ ਇੱਕ ਸਥਾਨ ਇੱਥੇ ਇੱਕ 4 ਮੰਜ਼ਿਲਾ ਮੰਦਿਰ ਵੀ ਇਸ ਸਥਾਨ ਦੇ ਉੱਤੇ ਬਣਿਆ ਹੋਇਆ ਮਿਲਦਾ ਹੈ। ਬਹੁਤ ਜਿਹੜੇ ਵਿਦਵਾਨ ਹਨ ਰਵਿਦਾਸ ਜੀ ਨੂੰ ਸੰਤ ਰਾਮਾਨੰਦ ਜਾਂ ਰਾਮਾਨੁਜ ਦੇ ਪਰੰਪਰਾ ਦੇ ਨਾਲ ਜੋੜਦੇ ਹਨ। ਉਹਨਾਂ ਦੇ ਅਨੁਸਾਰ ਰਾਮਾਨੰਦ ਜੋ ਦੁਆਰਾ ਸ਼ੁਰੂ ਕੀਤੀ ਭਗਤੀ ਪਰੰਪਰਾ ਵਿੱਚ ਦੇਵਾਨੰਦ, ਹਰਿਆਨੰਦ, ਰਾਮਾਨੰਦ ਆਦਿਕ ਸੰਤ ਪੈਦਾ ਹੋਏ ਤੇ ਰਵਿਦਾਸ ਜੀ ਦੇ ਇਸੇ ਇਹ ਰਾਮਾਨੰਦ ਦੇ ਸ਼ਿਗਿਰਦ ਸਨ ਉਹਨਾਂ ਦੇ ਮੁਤਾਬਕ। ਪਰੰਤੂ ਭਗਤ ਜੀ ਦੀ ਆਪਣੀ ਬਾਣੀ ਵਿੱਚੋਂ ਇਸ ਤਰ੍ਹਾਂ ਦਾ ਕੋਈ ਵੀ ਹਵਾਲਾ ਜਾਂ ਪ੍ਰਮਾਣ ਨਹੀਂ ਮਿਲਦਾ ਜਿੱਥੋਂ ਇਹ ਗੱਲ ਪਤਾ ਲੱਗਦੀ ਹੋਵੇ ਕਿ ਇਹ ਰਾਮਾਨੰਦ ਜੀ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਸੀ ਜਾਂ ਉਹਨਾਂ ਨੇ ਆਪਣੇ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕੀਤਾ ਹੋਇਆ ਹੋਵੇ। ਭਗਤ ਰਵਿਦਾਸ ਜੀ ਨੇ ਕਬੀਰ ਜੀ, ਨਾਮਦੇਵ ਜੀ, ਤਰਲੋਚਨ ਜੀ, ਹੋਰ ਭਗਤਾਂ ਦੇ ਨਾਮ ਤਾਂ ਵਰਤੇ ਹਨ, ਸੰਕੇਤ ਦਿੱਤੇ ਹਨ, ਪਰ ਰਾਮਾਨੰਦ ਬਾਰੇ ਉਹਨਾਂ ਨੇ ਕਿਤੇ ਵੀ ਕੋਈ ਜ਼ਿਕਰ ਜਿਹੜਾ ਹੈ ਉਹ ਨਹੀਂ ਕੀਤਾ, ਨਾ ਹੀ ਮਿਲਦਾ ਹੈ। ਇਹ ਆਸਾ ਰਾਗ ਦਾ ਸ਼ਬਦ ਆਉਂਦਾ ਹੈ ਜਿਹੜਾ ਭਗਤ ਰਵਿਦਾਸ ਜੀ ਦਾ ਹਰ 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 ਹਰੇ, ਉਹਦੇ ਚ ਲਿਖਦੇ ਨੇ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦਿਓ ਦੂਧ ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ, ਨਾਮ ਦੇ ਕਬੀਰ ਤਲੋਚਨ ਸਦਨਾ ਸੈਨ ਤਰੈ। ਇਹ ਮਾਰੂ ਰਾਗ ਦਾ ਸ਼ਬਦ ਹੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੇ ਸਰੈ। ਤੋ ਇੱਥੇ ਕਿਤੇ ਵੀ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਰਾਮਾਨੰਦ ਜੀ ਦਾ। ਹਾਂ, ਅਸੀਂ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਦਰਜ ਕੀਤੇ ਗਏ ਹਨ, 16 ਰਾਗਾਂ ਵਿੱਚ ਆਪ ਜੀ ਦੀ ਬਾਣੀ ਹੈ। ਸ੍ਰੀ ਰਾਗ ਗੌੜੀ, ਆਸਾ, ਗੁਜਰੀ, ਸੂਰਠ, ਧਨਾਸਰੀ, ਜੈਸਰੀ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਮਾਰੂ,
ਕੇਦਾਰਾ, ਭੈਰੋਂ, ਬਸੰਤ ਅਤੇ ਮਲਾਰ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਸਾਨੂੰ ਮਿਲਦੀ ਹੈ। ਭਗਤ ਰਵਿਦਾਸ ਜੀ ਦੀ ਦਾ ਕਾਵਿ ਜਿਹੜਾ ਹੈ ਜਾਂ ਉਹਨਾਂ ਦੀ ਜਿਹੜੀ ਲਿਖਤ ਹੈ ਜਾਂ ਉਹਨਾਂ ਦੀ ਜਿਹੜੀ ਸ਼ੈਲੀ ਹੈ, ਇਹ ਇੱਕ ਪ੍ਰਕਾਰ ਦੀ ਬੇਨਤੀ ਕਾਵਿ ਹੈ। ਇਹਨੂੰ ਬੇਨਤੀ ਕਾਵਿ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਸਾਧਕ ਸਾਧਨਾ ਕਰਨ ਵਾਲਾ ਵਿਅਕਤੀ ਇੱਕ ਸਾਧ ਆਪਣੇ ਪ੍ਰਭੂ ਦੇ ਖੜੇ ਸਾਹਮਣੇ ਖੜਾ ਹੋ ਕੇ, ਸਨਮੁਖ ਖੜੇ ਹੋ ਕੇ ਬੇਨਤੀਆਂ ਕਰਦਾ ਤੇ ਅਰਜ਼ੋਈਆਂ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੀ ਬਾਣੀ ਹੈ ਆਪ ਜੀ ਦੀ ਰਚਨਾ ਜੋ ਸਾਨੂੰ ਮਿਲਦੀ ਹੈ। ਰਵਿਦਾਸ ਜੀ ਦੀ ਆਪਣੀ ਜਾਤ ਜਿਹੜੀ ਹੈ ਉਹ ਵੀ ਆਪ ਜੀ ਨੇ ਇਸਤੇਮਾਲ ਕੀਤਾ, ਬੜੀ ਆਪਣੀ ਗਰੀਬ ਅਵਸਥਾ ਨੂੰ ਵੀ ਬਿਆਨ ਕੀਤਾ, ਅਗਿਆਨਤਾ ਤੇ ਗੁਣਹੀਨਤਾ ਦਾ ਵਿਖਿਆਨ ਕਰਕੇ ਪ੍ਰਮਾਤਮਾ ਦੇ ਸਾਹਮਣੇ ਬੇਨਤੀ ਕਰਕੇ ਉਹਨਾਂ ਨੂੰ ਇਹ ਵੀ ਕਹਿੰਦੇ ਹਨ ਕਿ ਵਾਹਿਗੁਰੂ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ, ਇਹ ਵੀ ਬੇਨਤੀ ਕੀਤੀ। ਪ੍ਰਮਾਤਮਾ ਦੀ ਸਰਵ ਵਿਆਪਕਤਾ, ਆਤਮਕ ਸ਼ੁੱਧੀ, ਕਰਮ ਕਾਂਡਾਂ ਦੀ ਦਾ ਨਿਫਲਤਾ ਜਾਂ ਫਜ਼ੂਲ ਸਮਝਣਾ ਕਰਮ ਕਾਂਡਾਂ ਨੂੰ, ਮਾਇਆ ਦਾ ਤਿਆਗ, ਸਿਮਰਨ, ਬੰਦਗੀ, ਪ੍ਰੇਮ, ਇਹ ਵਾਰ ਵਾਰ ਇਹਨਾਂ ਨੇ ਇਹ ਸ਼ਬਦ ਆ ਜਿਹੜੇ ਹਨ ਇਸਤੇਮਾਲ ਕੀਤੇ ਹਨ ਜਾਂ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਹੈ। ਮਾਇਆ ਦਾ ਤਿਆਗ ਕਰਕੇ ਵਾਹਿਗੁਰੂ ਦੀ ਯਾਦ, ਸਿਮਰਨ, ਪ੍ਰੇਮ, ਵਾਰ ਵਾਰ ਆਪ ਜੀ ਨੇ ਇਹ ਚੀਜ਼ਾਂ ਪੇਸ਼ ਕੀਤੀਆਂ ਹਨ ਸਾਡੇ ਅੱਗੇ। ਤੋ ਆਪ ਜੀ ਨੇ ਕੈਸੇ ਬੇਕੰਮਪੁਰਾ ਦਾ ਇਹ ਸੰਕਲਪ ਸਾਡੇ ਅੱਗੇ ਪੇਸ਼ ਕੀਤਾ ਹੈ ਜਿੱਥੇ ਕਿਸੇ ਵੀ ਵਿਅਕਤੀ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਸਭ ਨੂੰ ਨਿਆਂ ਮਿਲੇ, ਕਿਸੇ ਤੋਂ ਕੋਈ ਡਰ ਨਾ ਹੋਵੇ, ਹਰ ਕੋਈ ਖੁਸ਼ੀ ਖੁਸ਼ੀ ਆਪਣਾ ਜੀਵਨ ਨੂੰ ਬਤੀਤ ਕਰ ਸਕੇ, ਆਪਣਾ ਭਗਤੀ ਭਾਵ ਦੀ ਇਹ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਜੀ ਇੱਕ ਭਗਤੀ ਭਾਵ ਦੇ ਪ੍ਰਸਿੱਧ ਭਗਤਾਂ ਦੇ ਵਿੱਚੋਂ ਸਾਡੇ ਨਾਲ ਹੋਏ ਹਨ ਜਾਂ ਸਾਡੇ ਨਾਲ ਹੋਇਆ। ਇਸੇ ਵਾਸਤੇ ਹੀ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਗਈ ਹੈ। ਜਿਸ ਬੇਗਮਪੁਰੇ ਦਾ ਸੰਕਲਪ ਭਗਤ ਰਵਿਦਾਸ ਜੀ ਨੇ ਸਾਡੇ ਨਾਲ ਕੀਤਾ ਹੈ ਉਹ ਵਾਕਿਆ ਹੀ ਕਮਾਲ ਦਾ ਹੈ। ਉਸ ਬੇਗਮਪੁਰੇ ਦੀਆਂ ਜਦੋਂ ਅਸੀਂ ਪੜ੍ਹਦੇ ਹਾਂ ਸਵਾਦ ਆਉਂਦਾ ਹੈ, ਪੜ੍ਹ ਕੇ ਆਨੰਦ ਆਉਂਦਾ ਹੈ ਤੇ ਕਮਾਲ ਦਾ ਉਹਦੇ ਵਿੱਚ ਰਚਨਾ ਸਾਨੂੰ ਮਿਲਦੀ ਹੈ, ਜਿਹੜੀ ਬੇਗਮਪੁਰੇ ਦੀ ਗੱਲ ਭਗਤ ਰਵਿਦਾਸ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਤੋ ਉਹ ਐਸਾ ਇੱਕ ਆਨੰਦਮਈ ਜਿਹੜੀ ਜੇ ਚੀਜ਼ ਹੈ ਜਿਹੜਾ ਸ਼ਬਦ ਨੂੰ ਅਸੀਂ ਪੜ੍ਹੀਏ ਤੇ ਕਮਾਲ ਦੀ ਜਿਹੜੀ ਚੀਜ਼ ਸਾਨੂੰ ਉਹਦੇ ਚੋਂ ਨਜ਼ਰ ਆ ਜਾਂਦੀ ਹੈ। ਉਹ ਇਹ ਭਗਤ ਜੀ ਨੇ ਕੱਲ ਹੋਰ ਵੀ ਬੜੀ ਕਮਾਲ ਦੀ ਕੀਤੀ ਕਿ ਬੇਗਮਪੁਰਾ ਐਸਾ ਨਹੀਂ ਹੈ ਜਿੱਥੇ ਪਹੁੰਚ ਹੋਵੇ, ਜਿੱਥੇ ਅਸੀਂ ਪਹੁੰਚ ਨਾ ਸਕਦੇ ਹੋਈਏ, ਹਰ ਵਿਅਕਤੀ ਦੀ ਉੱਥੇ ਪਹੁੰਚ ਹੋ ਸਕਦੀ ਹੈ, ਹਰ ਵਿਅਕਤੀ ਉੱਥੇ ਪਹੁੰਚ ਸਕਦਾ ਹੈ, ਹਰ ਵਿਅਕਤੀ ਉੱਥੇ ਜਾ ਸਕਦਾ ਹੈ, ਹਰ ਵਿਅਕਤੀ ਉਸ ਬੇਗਮਪੁਰੇ ਦਾ ਆਨੰਦ ਵਾਸੀ ਬਣ ਸਕਦਾ ਹੈ। ਕਿਉਂਕਿ ਭਗਤ ਜੀ ਨੇ ਕੋਈ ਬੇਗਮਪੁਰਾ ਕਾਗਜ਼ਾਂ ਦੇ ਵਿੱਚ ਨਹੀਂ ਲਿਖਿਆ, ਉਹ ਬੇਗਮਪੁਰਾ ਜਿਹੜਾ ਕਾਗਜ਼ਾਂ ਦੇ ਵਿੱਚ ਹੈ ਜਾਂ ਉਹ ਕਾਗਜ਼ਾਂ ਦੇ ਵਿੱਚ ਹੋਏਗਾ ਜੋ ਕਿਸੇ ਦਿਸਦਾ ਨਹੀਂ ਹੈ। ਭਗਤ ਜੀ ਨੇ ਬੜੀ ਉੱਚੀ ਉੱਚੀ ਆਤਮਕ ਉਡਾਰੀਆਂ ਦੀ ਗੱਲ ਜਿਹੜੀ ਕੀਤੀ ਹੈ ਉਹਦੇ ਵਿੱਚ ਬੜਾ ਹੀ ਆਨੰਦ ਦੇਣ ਵਾਲੀ ਗੱਲ ਭਗਤ ਜੀ ਨੇ ਇਸ ਸ਼ਬਦ ਰਾਹੀਂ ਬੇਗਮਪੁਰਾ ਸਹਿਰ ਕੋ ਨਾਉ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ 'ਚ ਜਿਹੜਾ ਸਾਨੂੰ ਲਿਖ ਕੇ ਭਗਤ ਜੀ ਨੇ ਜੋ ਨਕਸ਼ਾ ਪੇਸ਼ ਕੀਤਾ ਉਹ ਕਮਾਲ ਦਾ ਹੈ। ਤੋ ਮੈਂ ਇਹ ਬੇਨਤੀ ਸਿਰਫ ਇੰਨੀ ਕਰਦਾ ਹਾਂ ਕਿ ਅਸਮੀਤ ਕੋਲ ਰਹਿਣਾ ਆਸਾਨ ਹੈ, ਭਗਤ ਜੀ ਦਾ ਆਪੇ ਹੀ ਬਣ ਜਾਣਾ, 6-8 ਮਹੀਨੇ ਉਧਰ ਰਹਿਣਾ। ਇੱਥੇ ਨਾਲੋਂ ਅਸਮੀਤ
ਭਗਤ ਜੀ ਦਾ ਇਹ ਜਿਹੜੀ ਬਾਣੀ ਹੈ ਇਸ ਵਾਸਤੇ ਹੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੀ ਗਈ। ਜਿਹੜੇ 15 ਭਗਤਾਂ ਦੀ ਬਾਣੀ ਹੈ ਉਹਨਾਂ ਨੂੰ ਆਮ ਭਗਤ ਰਵਿਦਾਸ ਜੀ ਨੂੰ ਵੀ ਮਾਨ ਪ੍ਰਾਪਤ ਹੋਇਆ। ਤੋਂ 40 ਸ਼ਬਦ 16 ਰਾਗਾਂ ਵਿੱਚ ਸਾਨੂੰ ਭਗਤ ਜੀ ਦੇ ਮਿਲਦੇ ਹਨ। ਇਹ ਤਾਂ ਹੀ ਮਿਲਦੇ ਹਨ ਕਿ ਇਹਨਾਂ ਦੀ ਵਿਚਾਰਧਾਰਾ ਗੁਰੂ ਵਿਚਾਰਧਾਰਾ ਦੇ ਨਾਲ ਬਿਲਕੁਲ ਮੇਲ ਖਾਂਦੀ ਸੀ। ਅਗਲਾ ਸ਼ਬਦ ਅਸੀਂ ਲੈਂਦੇ ਹਾਂ ਰਾਸ ਮੰਡਲ। ਸ਼੍ਰੀ ਕ੍ਰਿਸ਼ਨ ਜੀ ਦੀ ਗੋਪੀਆਂ ਨਾਲ ਕੀਤੀ ਹੋਈ ਰਾਸ ਲੀਲਾ, ਤੇ ਇਹ ਲੀਲਾ ਜਿਹਨੂੰ ਰਾਸ ਮੰਡਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਵੈਸ਼ਨਵ ਭਗਤਾਂ ਵਿੱਚ ਰਾਸ ਲੀਲਾ ਦਾ ਮਹੱਤਵ ਵੀ ਹੈ, ਕਿਉਂਕਿ ਇਹ ਲੋਕ ਨਿਸ਼ਚਾ ਕਰਦੇ ਹਨ ਕਿ ਕ੍ਰਿਸ਼ਨ ਜੀ ਸਾਡੇ ਨਾਇਕ ਹਨ, ਸਾਡੇ ਪ੍ਰੀਤਮ ਹਨ, ਤੇ ਸਾਰੇ ਭਗਤ ਉਸ ਦੀਆਂ ਗੋਪੀਆਂ ਹਨ। ਜੇ ਉਹ ਸਾਡੇ ਨਾਲ ਖੇਲ ਕੀੜਾ ਰਚਾਉਂਦਾ ਹੈ ਤੇ ਇਸ ਤੋਂ ਉਸ ਦੀ ਖੁਸ਼ੀ ਪ੍ਰਗਟ ਹੁੰਦੀ ਹੈ। ਇਸੇ ਕਰਕੇ ਵੈਸ਼ਨਵ ਸੰਪਰਦਾਵਾਂ ਵਿੱਚ ਰਾਸ ਲੀਲਾ ਕਰਨ ਲਈ ਇੱਕ ਉਦਾ ਕਰਨ ਧਰਮ ਮੰਨਿਆ ਗਿਆ ਹੈ। ਰਾਧਾ ਬਲਵੀ ਸੰਪਰਦਾਇ ਵਾਲੇ ਜਿਹੜੇ ਹਨ ਇਹ ਕੁੰਜ ਕ੍ਰੀੜਾ ਤੇ ਬਿੰਦਰਾਵਨ ਰਸ ਨੂੰ ਬਹੁਤ ਮਹੱਤਵ ਦਿੰਦੇ ਹਨ। ਪਰੰਤੂ ਕੁਝ ਕੁ ਸਮੇਂ ਤੋਂ ਬਾਅਦ ਇਹ ਪੜਦੇ ਹੇਠ ਬੜੇ ਕੁਝ ਗਲਤ ਕੰਮ ਵੀ ਹੋਣ ਲੱਗ ਪਏ, ਜਿਸ ਨੇ ਸਾਰੇ ਧਰਮ ਨੂੰ ਵੀ ਬਦਨਾਮ ਕੀਤਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਗੱਲ ਲਿਖੀ ਉਹ ਹੈ ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ, ਗਿੜਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜਾ ਰਾਜੇ ਰਾਣੀਆਂ ਬੋਲੇ ਆਲ ਪਤਾਲ। ਮਹਾਰਾਜ ਨੇ ਇੱਥੇ ਕੀਤੀ, ਤੇ ਸਤਿਗੁਰੂ ਜੀ ਨੇ ਕੁਦਰਤ ਦੇ ਵਿੱਚ ਜਿਹੜੀ ਉਹ ਅਗਲੀ ਰਾਸਲੀਲਾ ਦੀ ਗੱਲ ਅਗਲੀ ਗੱਲ ਕੀਤੀ ਵੀ ਕਰਤਾਰ ਦੀ ਕਰਤੇ ਦੀ ਬਣਾਈ ਹੋਈ ਕੁਦਰਤ ਦੀ ਰਾਸਲੀਲਾ ਕਮਾਲ ਦੀ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੇਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ। ਇਹ ਹੈ ਰਾਸਲੀਲਾ ਜਿਹੜੀ ਪਰਮਾਤਮਾ ਦੀ ਹੈ। ਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਸੰਸਾਰ ਨੂੰ ਵੀ ਰਾਸ ਮੰਡਲ ਕਹਿ ਕੇ ਇਹ ਸੰਬੋਧਨ ਕੀਤਾ ਹੈ। ਸਤਿਗੁਰੂ ਜੋ ਲਿਖਦੇ ਹਨ ਰਾਸ ਮੰਡਲ ਕੀਨੋ ਅਖਾਰਾ, ਸਗਲੋ ਸਗਲੋ ਸਾਧ ਰੱਖਿਓ ਪਸਾਰਾ। ਤੇ ਸਤਿਗੁਰੂ ਜੀ ਸਾਨੂੰ ਇਸ ਢੰਗ ਦੇ ਨਾਲ ਇਹ ਰਾਸ ਮੰਡਲ ਦੀ ਗੱਲ ਜਿਹੜੀ ਹੈ ਉਹ ਸਮਝਾਉਂਦੇ ਹਨ। ਤੋ ਇਹ ਸ਼ਬਦ ਰਾਸ ਮੰਡਲ ਜਾਂ ਰਾਸ ਦੀ ਸ਼ਬਦ ਜਿਹੜੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਢੰਗ ਦੇ ਨਾਲ ਇਸਤੇਮਾਲ ਕੀਤਾ ਗਿਆ ਹੈ। ਅੱਗੇ ਅਸੀਂ ਵਿਚਾਰ ਕਰਦੇ ਹਾਂ ਰਾਗ। ਰਾਗ ਸ਼ਬਦ ਦੀ ਜਿਹੜੀ ਉਤਪਤੀ ਹੈ ਇਹ ਰੰਜ ਧਾਤੂ ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦੇ ਅਰਥ ਹਨ ਰੰਗਣਾ, ਪ੍ਰੀਤ, ਅਨੁਰਾਗ ਤੇ ਪ੍ਰੇਮ। ਸੰਗੀਤ ਵਿਦਿਆ ਦੇ ਅਨੁਸਾਰ ਰਾਗ ਸੁਰਾਂ ਦੇ ਅਜਿਹੇ ਪ੍ਰਬੰਧ ਦਾ ਨਾਮ ਹੈ ਜਿਸ ਦੇ ਸੁਣਨ ਨਾਲ ਮਨ ਵਿੱਚ ਪ੍ਰੇਮ ਦੇ ਭਾਵ ਪੈਦਾ ਹੋ ਜਾਂਦੇ ਹਨ। ਰਾਗ ਦਾ ਮੂਲ ਸ਼ੜਜ, ਰਿਸ਼ਭ, ਗਾਂਧਾਰ, ਮਧੁਮ, ਪੰਚਮ, ਧੁਵ ਤੇ ਨਿਸ਼ਾਦ ਸੱਤ ਸੁਰ ਮੰਨੇ ਜਾਂਦੇ ਹਨ। ਮਤਭੇਦ ਤੇ ਦੇਸ਼ ਭੇਦ ਕਾਰਨ ਰਾਗ ਦੇ ਅਨੇਕ ਭੇਦ ਤੇ ਰੂਪ ਪ੍ਰਚਲਿਤ ਹਨ। ਬਹੁਤਿਆਂ ਨੇ ਮੁੱਖ ਰਾਗਾਂ ਦੀ ਗਿਣਤੀ 6 ਮੰਨੀ ਹੈ। ਬਹੁਤਿਆਂ ਨੇ ਜਿਵੇਂ ਭੈਰਵ, ਮਲਾਰ, ਸ਼੍ਰੀ ਰਾਗ, ਬਸੰਤ, ਹਿੰਦੋਲ ਤੇ ਦੀਪਕ। ਭਾਰਤ ਦੇ ਮਤ ਅਨੁਸਾਰ ਮੁੱਖ ਰਾਗਾਂ ਦੇ ਨਾਮ ਹਨ ਭੈਰਵ, ਕੋਸ਼ਕ, ਹਿੰਦੋਲ, ਦੀਪਕ, ਸ਼੍ਰੀ ਰਾਗ ਤੇ ਮੇਘ।
ਹਨੁਮੰਤ ਅਨੁਸਾਰ ਮਤ ਦੇ ਅਨੁਸਾਰ ਇਹਨਾਂ ਦਾ ਕਰਮ ਬਦਲ ਜਾਂਦਾ ਹੈ, ਉਹ ਹੈ ਸ਼੍ਰੀ ਰਾਗ, ਭੈਰਵ, ਮੇਘ, ਦੀਪਕ, ਮਾਲ, ਕੌਂਸ ਤੇ ਹਿੰਦੋਲ। ਇਹ ਗੁਰੂ ਪਹਾੜਕੋਸ਼ ਦੇ ਪੰਨਾ ਨੰਬਰ 1027 ਦੇ ਉੱਤੇ ਇਹ ਸਾਰਾ ਵੇਰਵਾ ਲਿਖਿਆ ਹੋਇਆ ਹੈ। ਕਈ ਵਿਦਵਾਨਾਂ ਨੇ ਸੁਰਾਂ ਦੇ ਹਿਸਾਬ ਨਾਲ ਇਹਦੀ ਸ਼੍ਰੇਣੀ ਵੰਡ ਕੀਤੀ ਹੈ। ਉਹਨਾਂ ਅਨੁਸਾਰ ਰਾਗ ਦੇ ਮੁੱਖ ਭੇਦ ਤਿੰਨ ਹਨ। ਇੱਕ ਹੈ ਔੜਵ, ਪੰਜ ਸੁਰ ਦੇ, ਦੂਜਾ ਸਾੜਵ, 6 ਸੁਰਾਂ ਦੇ, ਅਤੇ ਤੀਜਾ ਸੰਪੂਰਨ, 7 ਸੁਰਾਂ ਦੇ। ਕਈ ਗ੍ਰੰਥਾਂ ਵਿੱਚ ਰਾਗ ਦੇ ਦੋ ਦੋ ਭੇਦ ਹੀ ਦੱਸੇ ਗਏ ਹਨ, ਇੱਕ ਮਾਰਗੀ ਤੇ ਇੱਕ ਦੇਸੀ। ਕਈ ਗ੍ਰੰਥਾਂ ਵਿੱਚ ਰਿਖੀਆਂ ਦੇ ਦੱਸੇ ਹੋਏ ਮਾਰਗ ਦੇ ਮਰਿਆਦਾ ਅਨੁਸਾਰ ਜੋ ਰਾਗ ਗਾਏ ਜਾਂਦੇ ਹਨ ਉਹਨਾਂ ਨੂੰ ਮਾਰਗੀ ਕਿਹਾ ਜਾਂਦਾ ਹੈ, ਤੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਰੀਤੀ ਰਿਵਾਜਾਂ ਅਨੁਸਾਰ ਗਾਏ ਜਾਂਦੇ ਹਨ ਉਹਨਾਂ ਨੂੰ ਦੇਸੀ ਰਾਗਾਂ ਨੂੰ ਦੇਸੀ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 31 ਰਾਗ ਹਨ, ਤੇ ਇਹ ਰਾਗਾਂ ਦੀ ਜੋ ਤਰਤੀਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਉਹ ਸ਼੍ਰੀ ਰਾਗ ਦਾ ਪਹਿਲਾ ਰਾਗ ਹੈ, ਇਹਦਾ ਵੇਰਵਾ ਸ਼੍ਰੀ ਰਾਗ ਦਾ ਹੈ। ਉਸ ਤੋਂ ਬਾਅਦ ਅਸੀਂ ਮਾਝ ਰਾਗ ਦੂਜਾ ਸ਼ਬਦ ਹੈ, ਦੂਜਾ ਰਾਗ ਹੈ, ਤੀਜਾ ਗੌੜੀ ਹੈ, ਚੌਥਾ ਆਸਾ ਰਾਗ ਹੈ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਬੜਹੰਸ, ਸੂਰਠ, ਧਨਾਸਰੀ, ਜੈਤਸਰੀ, ਟੂਡੀ, ਬਿਰਾੜੀ, ਤਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨੱਟ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋਂ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਤੇ ਅਖੀਰਲਾ ਰਾਗ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ ਉਹ ਹੈ ਜੈ ਜੈਵੰਤੀ। ਹੁਣ ਇਹ ਸਾਰੇ ਰਾਗਾਂ ਦਾ ਵੇਰਵਾ, ਇਹਨਾਂ ਨੂੰ ਗਾਉਣ ਦਾ ਢੰਗ, ਸਮਾਂ, ਇਹਨਾਂ ਦੇ ਸੁਰ ਸਵਰ, ਇਹ ਸਾਰੇ ਵੱਖਰੇ ਵੱਖਰੇ ਹਨ, ਤੇ ਉਹ ਸੁਰ ਗਾਉਣ ਦਾ ਸਮਾਂ ਵੀ ਇਹਨਾਂ ਦਾ ਵੱਖਰਾ ਵੱਖਰਾ ਮੰਨਿਆ ਗਿਆ ਹੈ। ਸ਼੍ਰੀ ਰਾਗ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹਦਾ ਗਾਉਣ ਦਾ ਸਮਾਂ ਸ਼ਾਮ ਦਾ ਵੇਲਾ ਮੰਨਿਆ, ਲੋਢਾ ਵੇਲਾ ਜਿਹਨੂੰ ਕਹਿੰਦੇ ਆ ਉਹ ਮੰਨਿਆ ਗਿਆ ਹੈ। ਇਹ ਜਿਹੜਾ ਮਾਝ ਰਾਗ ਹੈ ਇਹ ਗਾਉਣ ਦਾ ਸਮਾਂ ਦਿਨ ਦਾ ਚੌਥਾ ਪਹਿਰ ਇਸ ਰਾਗ ਨੂੰ ਮੰਨਿਆ ਗਿਆ ਹੈ। ਜਿਹੜਾ ਗੌੜੀ ਰਾਗ ਹੈ ਇਹ ਦਿਨ ਦਾ ਤੀਜੇ ਪਹਿਰ ਨੂੰ ਗਾਉਣ ਦਾ ਸਮਾਂ ਇਸ ਸਮ ਮਿਥਿਆ ਗਿਆ ਹੈ। ਤੋ ਆਸਾ ਰਾਗ ਜਿਹੜਾ ਆਸਾ ਰਾਗ ਹੈ ਇਹ ਅੰਮ੍ਰਿਤ ਵੇਲੇ ਜਾਂ ਸਵੇਰ ਦੇ ਸਮੇਂ ਗਾਉਣ ਵਾਲਾ ਰਾਗ ਮੰਨਿਆ ਗਿਆ ਹੈ। ਗੁਜਰੀ ਰਾਗ ਦਾ ਗਾਉਣ ਜਦੋਂ 4 ਘੜੀ ਦਿਨ ਚੜੇ ਹੁੰਦੀ ਹੈ ਉਦੋਂ ਗੁਜਰੀ ਰਾਗ ਦਾ ਵੇਲਾ ਮੰਨਿਆ ਜਾਂਦਾ ਹੈ। ਬਿਹਾਗੜੇ ਨੂੰ ਗਾਉਣ ਦਾ ਸਮਾਂ ਅੱਧੀ ਰਾਤ ਦਾ ਮੰਨਿਆ ਗਿਆ ਹੈ। ਵੜਹੰਸ ਦਿਨ ਦਾ, ਦੁਪਹਿਰ ਦਾ ਤੇ ਰਾਤ ਦਾ ਦੂਜਾ ਪਹਿਰ, ਦੂਜੇ ਪਹਿਰ ਵਿੱਚ ਗਾਉਂਦੇ ਹਦਾਇਤ ਹੈ। ਸੋਰਠ ਰਾਤ ਦਾ ਦੂਜਾ ਪਹਿਰ ਸੋਰਠ ਰਾਗ ਦਾ ਮੰਨਿਆ ਗਿਆ ਹੈ। ਧਨਾਸਰੀ ਦਿਨ ਦਾ ਤੀਜਾ ਪਹਿਰ ਵਿੱਚ ਧਨਾਸਰੀ ਗਾਉਂਦਾ ਹੈ ਮੰਨਿਆ ਗਿਆ ਹੈ। ਜੈਸਰੀ ਦੇ ਦਿਨ ਦਾ ਚੌਥਾ ਪਹਿਰ ਦੇ ਸਮੇਂ ਗਾਉਣ ਦੀ ਗੱਲ ਕੀਤੀ ਗਈ ਹੈ। ਟੋਡੀ ਰਾਗ ਨੂੰ ਦਿਨ ਦੇ ਦੂਜੇ ਪਹਿਰ ਵਿੱਚ ਗਾਉਣ ਦਾ ਸੰਕੇਤ ਮਿਲਦਾ ਹੈ। ਇਹ ਬਿਰਾੜੀ ਵੀ ਦਿਨ ਦੇ ਦੂਜੇ ਪਹਿਰ ਵਿੱਚ ਗਾਉਣ ਦਾ ਸੰਕੇਤ ਮਿਲਦਾ ਹੈ। ਤਲੰਗ ਰਾਗ ਵਿੱਚ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਮੰਨਿਆ ਗਿਆ ਹੈ। ਸੂਹੀ 2 ਘੜੀ ਦਿਨ ਚੜੇ ਦਾ ਇਹ ਰਾਗ ਹੈ। ਬਿਲਾਵਲ ਇਹ ਖੁਸ਼ੀ ਦਾ ਰਾਗ, ਹਰਸ਼ੋਸ਼ਾਲ ਦਾ ਰਾਗ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ।
ਤੇ ਇਹ ਦੂਜੇ ਪੈਰ ਦਿੰਦੇ ਗਾਉਣ ਦਾ ਇਹ ਜਿਹੜਾ ਹਦਾਇਤ ਹੈ ਜਾਂ ਇਹ ਮੰਨੀ ਗਈ ਹੈ। ਗੌਣ ਰਾਗ ਜਿਹੜਾ ਹੈ ਇਹਦਾ ਦੁਪਹਿਰ ਦਾ ਸਮਾਂ ਹੈ। ਰਾਮਕਲੀ ਰਾਗ ਜਿਹੜਾ ਇਹਦਾ ਸੂਰਜ ਨਿਕਲਣ ਤੋਂ ਲੈ ਕੇ ਦਿਨ ਚੜ੍ਹੇ ਤੱਕ ਇਹ ਰਾਗ ਜਿਹੜਾ ਹੈ ਇਹ ਗਾਇਆ ਜਾਂਦਾ ਹੈ। ਜਿਹੜਾ ਨੱਟ ਰਾਗ ਹੈ ਇਹ ਸੰਪੂਰਨ ਜਾਤੀ ਦਾ ਇਹ ਸਾੜਵ ਰਾਗ ਹੈ ਤੇ ਇਸ ਵਿੱਚ ਮੱਧਮ ਗਾਣੀ ਤੇ ਰਿਸ਼ਵ ਸੰਬੰਧੀ ਹੈ। ਤੇ ਇਹਦਾ ਗਾਉਣ ਦਾ ਵੇਲਾ ਵੀ ਦਿੰਦਾ ਚੌਥਾ ਪੈਰ ਜਿਹੜਾ ਨੱਟ ਨਾਰਾਇਣ ਸੀ ਇਹ ਸਰੀਫ ਵੀ ਆਉਂਦਾ ਹੈ ਉਹਦੇ ਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਮਾਲੀ ਗੋੜਾ ਰਾਗ ਜਿਹੜਾ ਹੈ ਇਹਦਾ ਗਾਉਣ ਦਾ ਸਮਾਂ ਤੀਜਾ ਪੈਰ ਹੈ ਦਿਨ ਦਾ। ਮਾਰੂ ਰਾਗ ਜਿਹੜਾ ਹੈ ਇਹ ਤੀਜੇ ਪੈਰ ਦਿਨ ਦੇ ਤੀਜੇ ਪੈਰ ਵਿੱਚ ਗਾਇਆ ਜਾਂਦਾ ਹੈ। ਤੇ ਤੁਖਾਰੀ ਰਾਗ ਚ ਚਾਰ ਘੜੀ ਦਿਨ ਚੜ੍ਹੇ ਜਦੋਂ ਹੈ ਉਦੋਂ ਗਾਉਣ ਦਾ ਹਦਾਇਤ ਹੈ। ਕਧਾਰਾ ਰਾਤ ਦਾ ਰਾਗ ਹੈ ਰਾਤ ਦਾ ਦੂਜੇ ਪੈਰ ਗਾਉਣ ਦਾ ਹਦਾਇਤ ਹੈ। ਪੈਰੋਂ ਰਾਗ ਜਿਹੜਾ ਹੈ ਇਹ ਗਾਉਣ ਦਾ ਸਮਾਂ ਦਾ ਦਿਨ ਦੇ ਪਹਿਲੇ ਦੋ ਪੈਰ ਹਨ ਜਿਹੜਾ ਇਹ ਗਾਇਆ ਜਾਂਦਾ ਹੈ ਭੈਰੋ ਰਾਗ ਜਿਹਨੂੰ ਅਸੀਂ ਕਹਿੰਦੇ ਹਾਂ। ਬਸੰਤ ਰਾਗ ਜਿਹੜਾ ਹੈ ਇਹ ਰਾਤ ਦਾ ਸਮਾਂ ਇਹਦੇ ਗਾਉਣ ਦਾ ਸਮਾਂ ਬਸੰਤ ਰੁੱਤ ਰਾਤ ਦਾ ਸਮਾਂ ਮੰਨਿਆ ਗਿਆ ਹੈ। ਸਾਰੰਗ ਜਿਹੜਾ ਹੈ ਰਾਗ ਇਹ ਇਸ ਦੇ ਗਾਉਣ ਦਾ ਸਮਾਂ ਵਰਖਾ ਦੀ ਰੁੱਤ ਰਾਤ ਦਾ ਸਮਾਂ ਭਾਵ ਮੰਨਿਆ ਗਿਆ ਹੈ। ਫਿਰ ਕਾਨੜਾ ਰਾਗ ਗਾਉਣ ਦਾ ਸਮਾਂ ਦਿਨ ਦਾ ਦੂਜਾ ਪੈਰ ਤੇ ਕਲਿਆਣ ਰਾਗ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ। ਜੈਜਾਵੰਤੀ ਰਾਗ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸਤੇਮਾਲ ਕੀਤਾ ਹੈ। ਤੋ ਇਹ ਰਾਗ ਜਿਹੜਾ ਹੈ ਇਹਦੇ ਗਾਉਣ ਦਾ ਸਮਾਂ ਸਵੇਰ ਦਾ ਨਿਯਤ ਕੀਤਾ ਗਿਆ ਹੈ ਜਾਂ ਕੋਸ਼ਾਂ ਵਿੱਚ ਲਿਖਿਆ ਗਿਆ ਹੈ। ਇਹ ਸਾਰਾ ਵੇਰਵਾ ਇਹ ਮਹਾਨ ਕੋਸ਼ ਦੇ ਵਿੱਚੋਂ ਤੇ ਆਪ ਜੀ ਦੇਖ ਸਕਦੇ ਹੋ ਜੋ ਸ਼ਬਦ ਗੁਰੂ ਰਤਨਾਕਰ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਹੈ ਉਹਦੇ ਵਿੱਚ ਇਹ ਸਾਰਾ ਵੇਰਵਾ ਜਿਹੜਾ ਰਾਗਾਂ ਦਾ ਇਹ ਦਿੱਤਾ ਹੋਇਆ ਜਿੱਥੋਂ ਥੋੜੀ ਬਹੁਤੀ ਮੈਂ ਮਦਦ ਲੈ ਕੇ ਆਪ ਜੀ ਦੇ ਨਾਲ ਇਹ ਰਾਗਾਂ ਦੇ ਗਾਉਣ ਦੀ ਤੇ ਦੂਜੀ ਚੀਜ਼ ਆਪ ਜੀ ਨਾਲ ਸਾਂਝੀ ਕੀਤੀ ਹੈ। ਸਰ ਰਾਗਾਂ ਦਾ ਪੂਰਾ ਵੇਰਵਾ ਜਿਹੜਾ ਹੈ ਉਸ ਤਰ੍ਹਾਂ ਦਾ। ਅਗਲਾ ਸ਼ਬਦ ਹੈ ਰਾਮਚੰਦਰ। ਸ਼੍ਰੀ ਰਾਮਚੰਦਰ ਜੀ ਨੂੰ ਤ੍ਰੇਤੇ ਯੁੱਗ ਵਿੱਚ ਰਘੂ ਖਾਨਦਾਨ ਦੇ ਵਿੱਚੋਂ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਮਾਤਾ ਕੁਸ਼ਲਿਆ ਦੇ ਵੱਡੇ ਪੁੱਤਰ ਸਨ ਜਿਨ੍ਹਾਂ ਉੱਤੇ ਆਚਾਰ ਤੇ ਆਦਰਸ਼ਾਂ ਦੇ ਕਾਰਨ ਲੋਕਪ੍ਰਿਅਤਾ ਇਹਨਾਂ ਦੀ ਪ੍ਰਾਪਤ ਕੀਤੀ। ਜਿਨ੍ਹਾਂ ਨੇ ਆਪਣੇ ਆਚਾਰ ਕਰਕੇ ਕਿਰਦਾਰ ਕਰਕੇ ਤੇ ਲੋਕਪ੍ਰਿਅਤਾ ਲੈ ਲਈ। ਇਹਨੂੰ ਵਿਸ਼ਨੂੰ ਦਾ ਸੱਤਵਾਂ ਅਵਤਾਰ ਵੀ ਰਾਮਚੰਦਰ ਜੀ ਨੂੰ ਮੰਨਿਆ ਜਾਂਦਾ ਹੈ ਹਿੰਦੂਇਜ਼ਮ ਦੇ ਵਿੱਚ ਹਿੰਦੂ ਮਤ ਦੇ ਵਿੱਚ। ਇਹਨਾਂ ਨੂੰ ਮਰਿਆਦਾ ਪੁਰਖੋਤਮ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ ਹਿੰਦੂਇਜ਼ਮ ਦੇ ਵਿੱਚ। ਆਪ ਜੀ ਨੇ ਰਿਸ਼ੀ ਵਸ਼ਿਸ਼ਠ ਤੋਂ ਵਿਦਿਆ ਪ੍ਰਾਪਤ ਕੀਤੀ। ਵਾਸਦੇਵ ਦੇ ਬੇ ਤੇ ਤੋਂ ਬੇਦਾਗ ਪੜ੍ਹੇ ਤੇ ਵਿਸ਼ਵਾਮਿੱਤਰ ਤੋਂ ਸ਼ਸਤਰ ਵਿਦਿਆ ਸਿੱਖ ਕੇ ਵੱਡੇ ਯੋਧੇ ਤੇ ਬਣ ਗਏ ਨਿਪੁੰਨ ਬਣ ਗਏ। ਜਵਾਨ ਅਵਸਥਾ ਵਿੱਚ ਆਪ ਜੀ ਨੇ ਸ਼ਿਵ ਦਾ ਧਨੁੱਖ ਤੋੜ ਕੇ ਰਾਜਾ ਜਨਕ ਦੀ ਪੁੱਤਰੀ ਸੀਤਾ ਨੂੰ ਵਰ ਕੇ ਲਿਆਂਦਾ ਜਾਂ ਵਿਆਹ ਕੇ ਲਿਆਂਦਾ ਜਾਂ ਅਸੀਂ ਸਾਰੇ ਇਤਿਹਾਸ ਪੜ੍ਹਦੇ ਹਾਂ। ਜਦੋਂ ਰਾਜ ਤਿਲਕ ਦਾ ਸਮਾਂ ਆਇਆ ਤਾਂ ਮਾਂ ਮਤਰੇਈ ਸੀ ਕਕਈ ਤੇ ਪਿਤਾ ਦਸ਼ਰਥ ਨਾਲ ਕੀਤੇ ਵਚਨ ਨੂੰ ਪੂਰਾ ਕਰਨ ਲਈ ਇਹਨਾਂ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ ਗਿਆ। ਬਨਵਾਸ ਸਮੇਂ ਰਾਵਣ ਦੀ ਭੈਣ ਸਰੂਪਨਖਾ ਨਾਲ ਲਕਸ਼ਮਣ ਦਾ ਝਗੜਾ ਹੋ ਜਾਂਦਾ ਹੈ। ਰਾਵਣ ਕ੍ਰੋਧਵਾਨ ਹੋ ਕੇ ਸੀਤਾ ਨੂੰ ਚੁੱਕ ਕੇ ਲੈ ਜਾਂਦੇ ਨੇ, ਸੀਤਾ ਨੂੰ ਉਧਾਲ ਕੇ ਲੈ ਜਾਂਦੇ ਨੇ ਤੇ ਰਾਮ ਜੀ ਵਿਛੋੜੇ 'ਚ ਬੜੇ ਇਹ ਵਿਆਕਲ ਹੁੰਦੇ ਨੇ। ਭਵਿੱਖਣ ਦੀ ਮਦਦ ਨਾਲ ਫਿਰ ਰਾਵਣ ਨੂੰ ਮਾਰਦੇ ਆ। ਜੇ ਜਿੱਤ ਤੋਂ ਬਾਅਦ ਲਕਸ਼ਮਣ ਤੇ ਸੀਤਾ ਵਾਪਸ ਅਯੁੱਧਿਆ ਆਏ ਤਾਂ 10,000 ਕਹਿੰਦੇ 10,000 ਸਾਲ ਤੱਕ ਇਹਨਾਂ ਨੇ ਰਾਜ ਕੀਤਾ।
ਰਾਮਚੰਦਰ ਜੀ ਦੀ ਕਥਾ, ਵਾਲਮੀਕਿ ਰਿਸ਼ੀ ਇਹਨੇ ਪਹਿਲੇ ਰਮਾਇਣ ਵਿੱਚ ਵੀ ਲਿਖੀ, ਤੇ ਇਸ ਤੋਂ ਲੈ ਕੇ ਵੈਸ਼ਨਵ ਭਗਤ ਤੁਲਸੀਦਾਸ ਨੇ ਇਹਨੂੰ ਹਿੰਦੀ 'ਚ ਕਲਮਬੰਦ ਕੀਤਾ। ਇਹ ਜੋ ਇਤਿਹਾਸ ਲਿਖਿਆ ਹੋਇਆ ਮਿਲਦਾ ਹੈ। ਸ਼੍ਰੀ ਰਾਮ ਜੀ ਦੇ ਬਨਵਾਸ ਦਾ ਜ਼ਿਕਰ ਕਰਦਿਆਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ ਰੂਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਦੀ ਗੱਲ ਕੀਤੀ ਹੈ, ਤਾਂ ਨਾਮਦੇਵ ਜੀ ਨੇ ਇਸ ਰਾਮ ਕਥਾ ਦਾ ਸੰਕੇਤ ਕਰਦਿਆਂ ਇਹ ਵੀ ਗੱਲ ਲਿਖੀ ਹੈ, ਪਾਂਡੇ ਤੁਮਰਾ ਰਾਮਚੰਦਰ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਉਹਨਾਂ ਨੇ ਇਸ ਢੰਗ ਦੇ ਨਾਲ ਵੀ ਇਹ ਚੀਜ਼ ਉੱਥੇ ਲਿਖੀ ਹੈ, ਜਿਹੜਾ ਸ਼੍ਰੀ ਰਾਮਚੰਦਰ ਜੀ ਦੇ ਬਾਰੇ ਇਹ ਗੱਲ ਸਾਨੂੰ ਮਿਲਦੀ ਹੈ। ਅਗਲਾ ਸ਼ਬਦ ਅਸੀਂ ਲੈ ਰਹੇ ਹਾਂ ਜੀ ਰੁੱਤ, ਰੁੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਿਤ ਬਾਣੀ ਰੁੱਤੀ ਸਰਲੇਖ ਹੇਠ ਸਾਨੂੰ ਮਿਲਦੀ ਹੈ। ਸੰਸਕ੍ਰਿਤ ਵਿੱਚ ਇਸ ਪ੍ਰਕਾਰ ਦੀ ਇੱਕ ਹੋਰ ਕਾਵਿ ਰਚਨਾ ਹੈ, ਖਟ੍ਰਿਤ ਵਰਣਨ ਦਾ ਨਾਮ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦੀ ਰਚਨਾ ਸਲੋਕਾਂ ਤੇ ਸ਼ੰਤਾਂ ਦੇ ਨਾਲ ਕੀਤੀ ਹੈ। ਆਰੰਭ ਵਿੱਚ ਦੇ ਦੋ ਸਲੋਕ ਹਨ ਸ਼ੁਰੂ ਵਿੱਚ, ਜਿਨ੍ਹਾਂ ਵਿੱਚ ਪ੍ਰਭੂ ਦੀ ਬੰਦਨਾ ਪ੍ਰਭੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ। ਇਹਨਾਂ ਸਲੋਕਾਂ ਤੋਂ ਮਗਰੋਂ ਆਏ ਪਹਿਲੇ ਸਲੋਕ ਵਿੱਚ ਬਾਣੀ ਦੀ ਜੋ ਪ੍ਰਸਤਾਵਨਾ ਹੈ ਉਹਨੂੰ ਪੇਸ਼ ਕੀਤਾ ਗਿਆ ਹੈ, ਜਿਵੇਂ ਜਸ ਗਾਵੋ ਵਡ ਭਾਗਿਓ ਕਰ ਕਿਰਪਾ ਭਗਵੰਤ ਜੀਓ, ਰੁੱਤੀ ਮਾਂ ਮੂਰਤ ਘੜੀ ਗੁਣ ਉਤਰਤ ਸੁਭਾਵੰਤ ਜੀਓ। ਦੂਜੇ ਸ਼ੰਤ ਦੇ ਵਿੱਚ ਚੇਤ ਵਿਸਾਖ ਮਹੀਨੇ ਵਿੱਚ ਆਉਣ ਵਾਲੀ ਬਸੰਤ ਰੁੱਤ ਦਾ ਵਰਣਨ ਕੀਤਾ ਗਿਆ ਹੈ। ਹੁਣ ਦੇਖੋ ਇੱਥੇ ਜਿਹੜੀ ਬਸੰਤ ਰੁੱਤ ਹੈ ਉਹਦਾ ਸੰਬੰਧ ਚੇਤ ਵਿਸਾਖ ਨਾਲ ਹੈ। ਉਹਦਾ ਮਤਲਬ ਇਹ ਹੈ ਕਿ ਜਿਹੜੀ ਬਸੰਤ ਹੈ ਉਹ ਮਾਰਚ ਦੇ ਤੇ ਅਪ੍ਰੈਲ ਦੇ ਵਿੱਚ ਜਾ ਕੇ ਆਉਂਦੀ ਹੈ, ਜਿਹੜੀ ਬਾਣੀ ਦੇ ਮੁਤਾਬਕ ਬਸੰਤ ਰੁੱਤ ਦਾ ਜ਼ਿਕਰ ਕੀਤਾ ਜੋ ਕੀਤਾ ਗਿਆ ਹੈ। ਪਰ ਸਾਡੇ ਕੇਂਦਰੀ ਸਥਾਨਾਂ ਉੱਤੇ ਬਸੰਤ ਰਾਗ ਜਿਹੜਾ ਹੈ ਉਹ ਕਦੋਂ ਸ਼ੁਰੂ ਹੁੰਦਾ ਹੈ, ਉਹਦੀ ਮਰਿਆਦਾ ਉਹਦੀ ਪਰੰਪਰਾ ਕਿੱਥੋਂ ਆਈ ਕਿਸੇ ਨੂੰ ਕੁਝ ਨਹੀਂ ਪਤਾ। ਜਦਕਿ ਬਾਣੀ ਦੇ ਵਿੱਚ ਬਸੰਤ ਰੁੱਤ ਦਾ ਵਰਣਨ ਜਿਹੜਾ ਕੀਤਾ ਜਾਂਦਾ ਹੈ ਚੇਤ ਵਿਸਾਖ ਦੇ ਮਹੀਨੇ ਦੇ ਵਿੱਚ ਆਉਣ ਵਾਲੀ ਰੁੱਤ ਦਾ ਵਰਣਨ ਕੀਤਾ ਗਿਆ ਹੈ, ਜਿਹੜੀ ਰੁੱਤੀ ਸਰਲੇਖ ਹੇਠ। ਗੁਰੂ ਜੀ ਉਹਦੇ ਚ ਕਹਿੰਦੇ ਨੇ ਕਿ ਮਹੀਨਾ ਬਹੁਤ ਹੀ ਆਨੰਦਦਾਇਕ ਹੁੰਦਾ ਹੈ, ਜਿਨ੍ਹਾਂ ਵਿੱਚ ਜੀਵ ਰੂਪੀ ਇਸਤਰੀਆਂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦੀਆਂ ਹਨ, ਉਹਨਾਂ ਦਾ ਤਨ ਮਨ ਵਿੱਚ ਖੇੜਾ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਤੇ ਫਿਰ ਤੀਜੇ ਸ਼ੰਤ ਵਿੱਚ ਗ੍ਰੀਸ਼ਮ ਰੁੱਤ ਦਾ ਵਰਣਨ ਹੈ। ਇਹ ਰੁੱਤ ਜੇਠ ਹਾੜ੍ਹ ਮਹੀਨੇ ਦੇ ਵਿੱਚ ਆਉਂਦੀ, ਜਿਹਨੂੰ ਗਰਮੀ ਦੀ ਰੁੱਤ ਅਸੀਂ ਕਹਿੰਦੇ ਹਾਂ। ਪ੍ਰਭੂ ਨਾਲ ਵਿਛੜੀ ਹੋਈ ਨਾਰੀ ਇਸ ਮਹੀਨੇ ਦੇ ਵਿੱਚ ਪਾਣੀ ਤੋਂ ਬਿਨਾਂ ਮੱਛੀ ਵਾਂਗ ਤੜਫਦੀ ਹੈ, ਜੇ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਇਸ ਰੁੱਤ ਦੇ ਭਿਆਨਕ ਜਾਂ ਖਤਰਨਾਕ ਸੇਕ ਤੋਂ ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਦਾ ਨਾਮ ਹੀ ਬਚਾ ਸਕਦਾ ਹੈ। ਫਿਰ ਅੱਗੇ ਸਾਵਨ ਭਾਦੋਂ ਦੇ ਮਹੀਨਿਆਂ ਵਿੱਚ ਬਰਸਾਤ ਦਾ ਮੌਸਮ ਆ ਜਾਂਦਾ ਹੈ, ਉਹਦਾ ਜ਼ਿਕਰ ਕੀਤਾ ਹੈ। ਆਕਾਸ਼ ਦੇ ਵਿੱਚ ਸਾਰੇ ਪਾਸੇ ਬੱਦਲਾਂ ਦਾ ਜ਼ਿਕਰ ਕਰਨਾ, ਕਾਲੇ ਬੱਦਲ ਛਾਏ ਰਹਿਣੇ, ਬਾਰਿਸ਼ ਦੇ ਨਾਲ ਜਲ ਥਲ ਹਰ ਪਾਸੇ ਹੋ ਜਾਣਾ, ਇਹ ਕੀਤਾ ਹੈ। ਅੱਸੂ ਜਦ ਕੱਤੇ ਦੀ ਮਹੀਨਾ ਆਉਂਦਾ ਹੈ ਤੇ ਉਹਦੇ ਸਰਦ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਰੁੱਤ ਸਰਦ ਅਡੰਬਰੋ ਅੱਸੂ ਕਤਕੇ ਹਰ ਪਿਆਸ ਜੀਓ, ਖੋਜੰਤੀ ਦਰਸ਼ਨ ਫਿਰਤ ਕਬ ਮਿਲੀ ਹੈ ਗੁਣਤਾਸ ਜੀਓ। ਇਹ ਰੁੱਤਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਇਉਂ ਲਿਖਦੇ ਨੇ ਵੀ ਰੁੱਤ ਸਰਦ ਅਡੰਬਰੋ, ਵੀ ਸਰਦ ਦੀ ਰੁੱਤ ਸ਼ੁਰੂ ਹੋਣੀ ਤੇ ਕਾ ਸ਼ੁਰੂ ਹੋ ਗਿਆ ਵੀ ਹੁਣ ਪ੍ਰਬੰਧ ਕਰੀਏ, ਕੋਈ ਸਵੈਟਰ ਬਣਾ ਰਿਹਾ, ਕੋਈ ਜਰਸੀ ਬਣਾ ਰਿਹਾ, ਕੋਈ ਕਿੰਬਲ ਕਰ ਰਿਹਾ, ਅਡੰਬਰ ਸ਼ੁਰੂ ਹੋ ਜਾਂਦੇ ਹਨ। ਤੇ ਭਲਿਆ ਕਦੀ
ਆਪਣੇ ਜੀਵਨ ਦੀ ਇਸ ਸਰਦ ਰੁੱਤ ਵਿੱਚੋਂ ਬਚਣ ਲਈ ਕੀ ਉਪਰਾਲਾ ਕੀਤਾ? ਉਹਦੇ ਲਈ ਕੀ ਕੀਤਾ? ਗੁਰੂ ਪਾਤਸ਼ਾਹ ਨੇ ਉਸ ਸਰਦ ਰੁੱਤ ਦੀ ਸ਼ੁਰੂਆਤ ਦੀ ਉਦਾਹਰਣ ਦੇ ਕੇ ਇਹ ਸਾਨੂੰ ਸਮਝਾ ਦਿੱਤੀ ਵੀ ਜਿਵੇਂ ਉਹ ਅਡੰਬਰ ਕਰਦਾ ਹੈ ਸਰਦੀ ਤੋਂ ਬਚਣ ਦਾ, ਆਪਣੇ ਅੰਦਰ ਨੂੰ ਵੀ ਉਸ ਅਡੰਬਰ ਉਹਦੇ ਵਾਂਗੂ ਅਡੰਬਰ ਕਰਤਾ ਕਿ ਇਹ ਵੀ ਵਿਕਾਰਾਂ ਤੋਂ ਬਚਿਆ ਜਾ ਸਕੇ। ਫਿਰ ਅੱਗੇ ਮੱਘਰ ਪੋਹ ਮਹੀਨੇ, ਠੰਡ ਦੇ ਮਹੀਨੇ ਸਿਖਰ ਹੁੰਦਾ ਹੈ। ਇਸ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਦੇ ਮਨ 'ਚ ਵਿਛੋੜੇ ਦੀ ਕੰਬਣੀ ਪੈਦਾ ਹੁੰਦੀ ਹੈ, ਵਿਛੜੀ ਹੋਈ ਕੰਬਦੀ ਹੈ, ਪ੍ਰਭੂ ਦੇ ਦਰਸ਼ਨਾਂ ਨਾਲ ਹੀ ਮਿਟ ਸਕਦੀ ਹੈ ਕੰਬਣੀ, ਬਿਨਾਂ ਪ੍ਰਭੂ ਦੇ ਦਰਸ਼ਨਾਂ ਤੋਂ ਇਹ ਕੰਬਣੀ ਨਹੀਂ ਮਿਟ ਸਕਦੀ। ਤੇ ਅੱਗੇ ਆਖਰੀ ਮਹੀਨੇ ਮਾਘ ਫੱਗਣ ਦੇ ਹਨ, ਇਹਨਾਂ ਦੇ ਵਿੱਚ ਠੰਡ ਜਿਹੜੀ ਹੈ, ਪਛੇਤੀ ਠੰਡ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪੈਂਦੀ ਹੈ, ਕਈ ਵਾਰੀ ਕੋਹਰਾ ਵੀ ਜੰਮ ਜਾਂਦਾ ਹੈ, ਤੇ ਇਸ ਮਹੀਨੇ ਵਿੱਚ ਫਿਰ ਬਨਸਪਤੀ ਜਿਹੜੀ ਹੈ ਉਹ ਥੋੜੀ ਬਹੁਤੀ ਪੁੰਗਰਨ ਲੱਗ ਪੈਂਦੀ ਹੈ, ਜਿਹਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਕੀਤਾ। ਗ੍ਰਹਿ ਲਾਲ ਆਏ ਮਨ ਧਿਆਏ, ਸੇ ਸੁੰਦਰ ਸੁਹੀਆ, ਬਾਂਹ ਤਿੰਨ ਤ੍ਰਿ ਭਵਨ ਪਏ ਪਏ ਹਰਿਆ, ਦੇਖ ਦਰਸ਼ਨ ਮੁਹੀਆ, ਮਿਲੇ ਸੁਆਮੀ ਇਛ ਪੁਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਧਰਕੰਤ ਜੀਓ। ਗੁਰੂ ਸਾਹਿਬ ਇਉਂ ਜ਼ਿਕਰ ਕੀਤਾ। ਫਿਰ ਆਖਰੀ ਸ਼ੰਤ ਦੇ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ ਕਿ ਜਿਸ ਵਿਅਕਤੀ ਦੇ ਮਨ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ, ਉਹ ਸਦਾ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਅਤੇ ਪੂਰਨ ਤੌਰ ਦੇ ਉੱਤੇ ਸਹਿਜ ਵਿੱਚ ਆਨੰਦ ਵਿੱਚ ਹੋ ਕੇ ਆਪਣੀ ਜ਼ਿੰਦਗੀ ਦਾ ਰਸ ਮਾਣਦਾ ਹੈ, ਆਨੰਦ ਮਾਣਦਾ ਹੈ, ਹਉਮੈ ਮਿਟ ਜਾਂਦੀ ਹੈ, ਤੇ ਉਹ ਅੰਦਰੋਂ ਪ੍ਰਭੂ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ। ਇਹ ਸਰ ਰੁੱਤਾਂ ਦਾ ਜਿਹੜਾ ਆਖਰੀ ਜਿਹੜੇ ਅੱਠਵੇਂ ਤੇ ਆਖਰੀ ਸ਼ੰਤ ਵਿੱਚ ਗੁਰੂ ਸਾਹਿਬ ਜੀ ਨੇ ਇਉਂ ਵਰਣਨ ਕੀਤਾ ਵੀ ਜਿਨ੍ਹਾਂ ਦਾ ਮੇਲ ਪ੍ਰਮਾਤਮਾ ਨਾਲ ਹੋ ਜਾਏ ਉਹੀ ਅਸਲ ਵਿੱਚ ਜ਼ਿੰਦਗੀ ਵਿੱਚ ਸੁਖੀ ਹਨ, ਉਹੀ ਰੁੱਤ ਸੁਹਾਵੜੀ ਹੈ ਜਿਸ ਰੁੱਤ ਵਿੱਚ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਜਾਣ। ਤੋ ਅੱਜ ਦੀ ਵਿਚਾਰ ਨੂੰ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਅਗਲੇ ਹਫਤੇ ਫਿਰ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਤੋ ਅੱਜ ਦੀ ਵਿਚਾਰ ਦੇ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।